ਸਤਿ ਸ਼੍ਰੀ ਅਕਾਲ, ਸਲਾਮ, ਅਰਜ਼ ਹੈ ਸਾਰੇ ਟਿਵਾਣਾ ਟੀਵੀ ਅਤੇ ਰੇਡੀਓ ਨਾਲ ਜੁੜੇ ਸਤਿਕਾਰ ਸੱਜਣਾਂ ਨੂੰ। ਅਤੇ ਮੈਂ ਪਰਮਿੰਦਰ ਸਿੰਘ ਟਿਵਾਣਾ, ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਿਓਂ। ਅਤੇ ਮੇਰੇ ਨਾਲ ਇਸ ਵਕਤ ਬਹੁਪੱਖੀ ਸ਼ਖਸੀਅਤ ਨੇ, ਪੰਜਾਬ ਦੇ ਭੂਮੀ ਜਲ ਸੰਭਾਲ ਵਿਭਾਗ ਦੇ ਉੱਚ ਅਧਿਕਾਰੀ ਰਹੇ, ਬਹੁਪੱਖੀ ਸ਼ਖਸੀਅਤ, ਲੇਖਕ, ਦੁਆਬੇ ਦੀਆਂ ਬਾਤਾਂ ਪਾਉਣ ਵਾਲੇ, ਜਿਨ੍ਹਾਂ ਦਾ ਨਾਂ ਸੁਣਦੇ ਹੀ ਸ਼ਾਇਦ ਬੰਬੇਲੀ ਇੱਕ ਪਿੰਡ ਵੱਡਾ ਕਸਬਾ ਲੱਗਦਾ, ਸ਼ਹਿਰ ਲੱਗਦਾ। ਮੇਰੀ ਮੁਰਾਦ ਜਨਾਬ ਵਿਜੇ ਬੰਬੇਲੀ ਜੀ ਆਪਣੇ ਨਾਲ ਨੇ ਵਾਤਾਵਰਨ ਦਿਵਸ ਧਰਤੀ ਅਤੇ ਜਲ 'ਤੇ ਗੱਲਬਾਤ ਕਰਨ ਲਈ। ਬੰਬੇਲੀ ਸਾਹਿਬ, ਸਲਾਮ, ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡਾ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵਿਜੇ ਬੰਬੇਲੀ ਸਾਹਿਬ, ਬੜੇ ਲੰਬੇ ਸਮੇਂ ਤੋਂ ਤੁਹਾਡੇ ਬਾਰੇ ਆਰਟੀਕਲ ਵੱਖ ਵੱਖ ਪੜ੍ਹਦੇ ਆਏ ਹਾਂ, ਅਖਬਾਰਾਂ ਦੇ ਵਿੱਚ, ਮੈਗਜ਼ੀਨ ਦੇ ਵਿੱਚ, ਖਾਸ ਕਰਕੇ ਤੁਹਾਡੀਆਂ ਕਿਤਾਬਾਂ, ਖਾਸ ਕਰਕੇ ਕੰਢੀ ਇਲਾਕੇ ਦੇ ਲੋਕਾਂ ਦੇ ਬਾਰੇ, ਉੱਥੋਂ ਦੇ ਜਨ ਜੀਵਨ ਬਾਰੇ, ਇਹਨਾਂ ਕਸਬਿਆਂ ਦੇ ਬਾਰੇ, ਜਿਸ ਤਰ੍ਹਾਂ ਤੁਸੀਂ ਉਹਨਾਂ ਦੀ ਵਿਰਾਸਤ, ਉਹਨਾਂ ਦਾ ਵਾਤਾਵਰਣ, ਪਾਉਣ ਪਾਉਣ ਦੀਆਂ ਬਾਤਾਂ ਪਾਈਆਂ ਨੇ, ਮੈਂ ਥੋੜ੍ਹਾ ਜਿਹਾ ਜਾਣਨਾ ਚਾਹਾਂਗਾ। ਅੱਜ ਵੀ ਤੁਸੀਂ ਸੇਵਾ ਮੁਕਤੀ ਤੋਂ ਬਾਅਦ ਆਪਣੇ ਉਸ ਬੰਬੇਲੀ ਕਸਬੇ ਦੇ ਵਿੱਚ ਹੀ, ਮੈਂ ਤਾਂ ਕਸਬਾ ਹੀ ਕਹਿੰਦਾ ਹੁੰਦਾ, ਵੀ ਵੱਡਾ ਨਾਂ ਸੁਣਦੇ ਹਾਂ, ਵੇਖਣ ਦਾ ਕਦੇ ਮੌਕਾ ਨਹੀਂ ਮਿਲਿਆ, ਆਪਣੇ ਪਿੰਡ ਗ੍ਰਾਂ 'ਚ ਵੱਸਦੇ ਹੋ, ਥੋੜ੍ਹਾ ਜਿਹਾ ਜਿਹੜੇ ਤਾਂ ਜਾਣਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੈ, ਜਿਹੜੇ ਪੜ੍ਹਦੇ ਆ, ਕਈ ਨਵੇਂ ਸਰੋਤੇ ਨੇ, ਤੁਹਾਡੇ ਇਸ ਕਸਬੇ ਬਾਰੇ, ਤੁਹਾਡੀ ਸ਼ਖਸੀਅਤ ਬਾਰੇ, ਤੁਹਾਡੀ ਨੌਕਰੀ ਬਾਰੇ, ਅਤੇ ਤੁਹਾਡੀਆਂ ਖਾਸ ਕਰਕੇ ਕਿਤਾਬਾਂ ਬਾਰੇ, ਇਹ ਮੈਂ ਜਾਣਨਾ ਚਾਹਾਂਗਾ। ਵਿਜੇ ਬੰਬੇਲੀ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਅੱਜ ਵਾਤਾਵਰਨ ਦਿਵਸ ਹੈ, ਉਸ ਮੁਤਲਕ ਗੱਲਬਾਤ ਕਰੀਏ। ਜੀ ਵਿਜੇ ਜੀ। ਹਾਂਜੀ, ਮੈਂ ਵਿਜੇ ਬੰਬੇਲੀ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਜੀ, ਅਤੇ ਬੰਬੇਲੀ ਮੇਰੇ ਪਿੰਡ ਦੇ ਨਾਲ ਜਿਹੜਾ ਲੱਗਦਾ ਤਖਲਸ ਆ, ਦਰਅਸਲ ਉਹ ਮੇਰੇ ਪਿੰਡ ਦਾ ਨਾਂ, ਪਿੰਡ ਦਾ ਨਾਂ ਜਿਹੜਾ ਮਾਲ ਕਸਬੇ ਦੇ ਨਾਲ ਜੁੜਮਾ ਆ। ਜਿਸ ਵੇਲੇ ਮਾਲਪੁਰ ਚੱਬੇ ਆਪਾਂ ਹੁਸ਼ਿਆਰਪੁਰ ਨੂੰ ਮੂੰਹ ਕਰ ਲਈਏ ਤਾਂ ਮਾਲਪੁਰ ਤੋਂ 4 ਕਿਲੋਮੀਟਰ, ਤੇ ਜੇ ਅਸੀਂ ਹੁਸ਼ਿਆਰਪੁਰੋਂ ਬਰਾਸਤਾ ਚੱਬੇ ਵਾਲਾ ਤੋਂ ਮਾਲਪੁਰ ਗੜ੍ਹ ਸਿੰਘ ਕਲਾਂ ਨੂੰ ਕਰੀਏ ਤਾਂ ਇਹ ਹੁਸ਼ਿਆਰਪੁਰ ਤੋਂ 15 ਤੇ ਚੱਬੇ ਵਾਲਾ ਤੋਂ 5 ਕਿਲੋਮੀਟਰ ਤੇ ਬਾਕੀ ਆ। ਵੈਸੇ ਤਾਂ ਮੇਰੀ ਜਨਮ ਭੂਮੀ ਵੀ ਇਹੀ ਆ ਤੇ ਪੜ੍ਹਾਈ ਵੀ ਇਸੇ ਪਿੰਡ। ਬਹੁਤਾ ਤਾਂ ਬੰਬੇਲੀ ਸਾਹਿਬ ਲੀਡਰਾਂ ਨੇ ਆਪਣਾ ਨਾਂ ਪਿੰਡ ਦੇ ਨਾਂ ਨਾਲ ਲਾਇਆ ਹੁੰਦਾ, ਖਾਸ ਕਰਕੇ ਅਕਾਲੀਆਂ ਨੇ, ਅਤੇ ਤੁਹਾਨੂੰ ਆਪਣੀ ਜਨਮ ਭੂਮੀ ਦਾ ਇੰਨਾ ਲਗਾਅ, ਕਿਉਂਕਿ ਆਪਣੀ ਮਾਂ ਭੂਮੀ ਦੇ ਨਾਲ ਜਿਹੜਾ ਲਗਾਅ ਹੁੰਦਾ, ਇਹ ਵਿਰਾਸਤ ਧਰਮ 'ਚ ਵੀ ਹੈ। ਭਾਈ ਗੁਰਦਾਸ ਜੀ ਦਾ ਵਾਕ ਹੈ ਸ਼ਾਇਦ ਇੱਕ, ਕਿ ਧਰਤੀ ਭਾਰ ਅਕਿਰਤ ਕਣ ਮੰਦੀ ਹੋ ਮੰਦੇ, ਕਿ ਧਰਤੀ ਨੂੰ ਪਰਬਤਾਂ ਦਾ, ਹੋਰ ਚੀਜ਼ਾਂ ਦਾ ਭਾਰ ਨਹੀਂ ਲੱਗਦਾ, ਪਰ ਅਕਿਰਤ ਕਣ ਲੋਕਾਂ ਦਾ ਭਾਰ ਧਰਤ ਨੂੰ ਵੀ ਲੱਗਦਾ, ਜਿਸ 'ਤੇ ਇੰਨਾ ਵਜ਼ਨ ਹੈ ਹਰ ਚੀਜ਼ ਦਾ। ਪਰ ਤੁਸੀਂ ਉਸ ਆਪਣੀ ਜਨਮ ਭੂਮੀ ਦਾ ਜਿਹੜਾ ਕਰਜ਼ਾ ਦੇ ਰਹੇ ਹੋ, ਜਾਂ ਉਸ 'ਤੇ ਮਤਲਬ ਰਿਣ ਜਿਹੜਾ ਉਹਨੇ ਤੁਹਾਨੂੰ ਮਾਂ ਭੂਮੀ ਨੇ ਸਾਂਭਿਆ, ਕਿਉਂਕਿ ਮਾਵਾਂ 3 ਹੁੰਦੀਆਂ ਨੇ, ਇੱਕ ਜ਼ੁਬਾਨ, ਇੱਕ ਮਾਂ ਜੀ ਦੀ ਕੁੱਖੋਂ, ਇੱਕ ਉਹ ਧਰਤੀ ਜਿਹਨੇ ਸਾਨੂੰ ਪੌਣ ਪਾਣੀ ਸਭ ਕੁਛ ਦਿੱਤਾ, ਉਸੇ ਧਰਤੀ 'ਚ ਅਸੀਂ ਸਮਾ ਜਾਂਦੇ ਹਾਂ। ਅਤੇ ਇਹ ਵਿਜੇ ਬੰਬੇਲੀ ਦੀ ਖਾਸੀਅਤ ਜਿਹੜੀ ਹੈ, ਇਸੇ ਨਾਲ ਜੁੜ ਜਾਂਦੀ ਹੈ, ਜਦੋਂ ਪਿੰਡ ਦਾ ਨਾਂ ਉਹਦੇ ਨਾਲ ਜੁੜਦਾ। ਜਿਸ ਤਰ੍ਹਾਂ ਤੁਸੀਂ ਆਪਣੇ ਜੌਬ 'ਚ ਰਹੇ ਹੋ, ਥੋੜ੍ਹਾ ਜਿਹਾ ਉਸ ਡਿਪਾਰਟਮੈਂਟ ਬਾਰੇ, ਜਾਂ ਆਪਣੀ ਲੇਖਣੀ ਦੇ ਬਾਰੇ, ਕਿ ਕਦੋਂ ਸ਼ੁਰੂ ਕੀਤੀ, ਕਿਹੜੀਆਂ ਕਿਹੜੀਆਂ ਕਿਤਾਬਾਂ, ਕਿਉਂਕਿ ਸਾਡੇ ਜਿਹੜੇ ਸਰੋਤੇ ਦਰਸ਼ਕ ਨੇ, ਪਾਠਕ ਵੀ ਬਹੁਤ ਵਧੀਆ ਨੇ, ਤਾਂ ਜੋ ਉਹਨਾਂ ਨੂੰ ਵੀ ਇਹ ਕਿਤਾਬਾਂ ਦੇ ਬਾਰੇ ਜਾਣਕਾਰੀ ਮਿਲ ਸਕੇ। ਜੀ ਵਿਜੇ ਜੀ। ਮੈਂ ਸ਼ੁਰੂ 'ਚ ਹੀ ਦੱਸ ਦਿਆਂ ਵੀ ਮੈਂ ਮੂਲ ਰੂਪ 'ਚ ਪਾਠਕ ਹਾਂ, ਲੇਖਕ ਨਹੀਂ। ਲਿਖਣ ਮੈਂ ਤਾਂ ਲੱਗ ਪਿਆ, ਬੜੀ ਹੈਰਾਨੀ ਹੋਈ, ਤੇ ਮੈਂ ਕੁਛ ਲਿਖ ਦਿੰਦਾ ਤੇ ਲੋਕ ਪੜ੍ਹ ਲੈਂਦੇ ਆ, ਉਹਦੇ ਤੋਂ ਕਈ ਵਾਰੀ ਅੰਦਾਜ਼ਾ ਲੱਗ ਜਾਂਦਾ ਵੀ ਸ਼ਾਇਦ ਮੈਂ ਕੋਈ ਵੱਡਾ ਲੇਖਕ ਨਹੀਂ। ਮੈਂ ਪੜ੍ਹ ਲੋਕਾਂ ਨਾਲ, ਹਾਂਜੀ ਮੈਂ ਪੜ੍ਹਾ ਆ ਬਿਲਕੁਲ ਜੀ। ਅੱਛਾ, ਜਮਾਤਾਂ ਦੇ ਤੌਰ ਤੇ ਵੀ ਮੈਂ ਕੋਈ ਬਹੁਤੀ ਵੱਡੀ ਪੜ੍ਹਾਈ ਨਹੀਂ ਕੀਤੀ ਜੀ। ਪਿੰਡੂ ਸਕੂਲਾਂ ਦੇ ਵਿੱਚ ਉਹ ਸਾਡੇ ਵੇਲੇ ਉਹਦਾ ਹਾਇਰ ਸੈਕੰਡਰੀ ਹੁੰਦੀ ਸੀਗੀ 11ਵੀਂ ਤਾਈਂ, ਤੇ ਉਹ ਤੋਂ ਬਾਅਦ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੈਂ 1-2 ਸਾਲ ਦਾ ਡਿਪਲੋਮਾ ਕੀਤਾ, ਜਿਹਦੇ ਵਿੱਚ 2 ਸਬਜੈਕਟ ਜਾਣੀ ਮੇਰੇ ਬੜੇ ਮਨ ਭਾਉਂਦੇ ਰਹੇ ਆ। ਇੱਕ ਸੀ ਸੋਇਲ ਐਂਡ ਵਾਟਰ ਕਮਿਸ਼ਨ, ਭੂਮੀ ਤੇ ਜਲ ਸੰਭਾਲ, ਸੀਗਾ ਜੰਗਲਾਂ ਬਾਰੇ। ਜੰਗਲਾਂ ਬਾਰੇ ਇਹ ਅਸਲ ਵਿੱਚ ਇਹੀ ਇੱਕ ਮੇਨ ਜਿਹੜਾ ਸਬਜੈਕਟ ਆ ਇਹ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ, ਇਹਦੀ ਬਦੌਲਤ ਹੀ ਮੈਨੂੰ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਮੌਜੂਦਾ ਨਾਂ ਜਿਹੜਾ ਸਾਡੇ ਮਹਿਕਮੇ ਦਾ ਆ ਇਹਦੇ ਵਿੱਚ ਨੌਕਰੀ ਮਿਲੀ। ਤੇ ਇਹ ਜਿਹੜਾ ਸਾਡਾ ਵਿਭਾਗ ਹੈਗਾ ਇਹ ਕੁਦਰਤੀ ਸੋਮਿਆਂ ਨਾਲ ਜੁੜਿਆ ਹੋਇਆ, ਵਿਸ਼ੇਸ਼ ਕਰਕੇ ਮਿੱਟੀ ਤੇ ਪਾਣੀ ਜਿਹੜੇ ਕਿ ਸਾਡੇ ਕੁਦਰਤੀ ਸੋਮਿਆਂ 'ਚ 2 ਮੁੱਖ ਸਰੋਤ ਆ ਜਿਹੜੇ ਮਿੱਟੀ ਤੇ ਪਾਣੀ, ਉਸ ਨੂੰ ਇਹ ਸਾਡਾ ਵਿਭਾਗ ਸੰਬੋਧਿਤ ਹੈਗਾ। ਮੇਰੀ ਜਿਹੜੀ ਲੰਬੀ ਨੌਕਰੀ ਹੋਈ ਆ ਉਹ ਕੰਢੀ ਇਲਾਕੇ ਦੀ ਆ, ਲੋਅਰ ਸ਼ਿਵਾਲਿਕ ਜਿਹਨੂੰ ਅਸੀਂ ਕਹਿ ਸਕਦੇ ਹਾਂ,
ਤੇ ਖੁਸ਼ੀ ਵਾਲੀ ਗੱਲ ਪਹਿਲੇ ਇਹ ਰਹੀ, ਹਾਂ ਪੱਖੀ ਇਹ ਰਹੀ ਵੀ ਮੇਰੀ ਬਹੁਤੀ ਨੌਕਰੀ ਜਾਣੀ, ਜੇ ਮੈਂ 40 ਸਾਲ ਸਰਵਿਸ ਕੀਤੀ ਤੇ 35 ਸਾਲ ਮੈਂ ਆਪਣੇ ਪਿੰਡ ਦੇ ਲਾਗੇ ਮਾਲਪੁਰ 'ਚ ਨੌਕਰੀ ਕੀਤੀ, ਮੇਰੀ ਪ੍ਰਮੋਸ਼ਨ ਵੀ ਇਸੇ ਥਾਂ 'ਤੇ ਹੋਈ ਹੈ, ਤੇ ਸਮੁੱਚੀ ਜਾਣੀ ਇਹ ਨੌਕਰੀ ਇੱਥੇ ਹੋਣ ਦੇ ਕਰਕੇ ਮੇਰਾ ਪਹਾੜਾਂ ਦੇ ਨਾਲ ਵੀ ਵਾਹ ਰਿਹਾ, ਖੱਡਾਂ ਨਾਲ, ਕੋਹਾਂ ਨਾਲ, ਜੰਗਲਾਂ ਨਾਲ ਵੀ ਵਾਹ ਰਿਹਾ, ਇਸੇ ਕਰਕੇ ਮੇਰੀਆਂ ਲਿਖਤਾਂ ਦੇ ਵਿੱਚ ਇਹਨਾਂ ਦਾ ਗਾਹੇ ਵਗਾਹੇ ਜ਼ਿਕਰ ਆਉਂਦਾ। ਬਿਲਕੁਲ, ਉਹ ਦੁਆਬਾ, ਉਹ ਲੋਕਾਂ ਦਾ ਸੁਭਾਅ, ਉਹ ਲਿਟਰੇਚਰ, ਉਹ ਮੌਲਿਕਤਾ ਬੋਲਦੀ ਹੈ ਤੁਹਾਡੀ ਲਿਖਣੀ 'ਚ, ਤੁਹਾਡੇ ਆਰਟੀਕਲਾਂ 'ਚ, ਲੇਖਾਂ 'ਚ। ਅਤੇ ਇਸ ਦੌਰਾਨ ਕਿੰਨੀ ਕੁ ਤਬਦੀਲੀ ਤੁਸੀਂ ਵੇਖੀ, ਅਤੇ ਥੋੜ੍ਹਾ ਜਿਹਾ ਕਿਤਾਬਾਂ ਦਾ ਵੀ ਜ਼ਿਕਰ ਕਰ ਦਿਉ ਕਿ ਹੁਣ ਤੱਕ ਕਿਹੜੀਆਂ ਕਿਹੜੀਆਂ ਕਿਤਾਬਾਂ, ਪੰਜਾਬੀ ਯੂਨੀਵਰਸਿਟੀ ਵਾਲੀ ਤਾਂ ਮੈਂ ਪੜ੍ਹੀ ਹੈ, ਬਾਕੀ ਮੇਰੇ ਕੋਲ ਨਹੀਂ ਹੈਗੀਆਂ, ਮੈਂ ਐਵੇਂ ਆਖਾਂ, ਪਰ ਕੰਢੀ ਇਲਾਕੇ ਦੇ ਲੋਕਾਂ ਬਾਰੇ ਜਿਹੜੀ ਵਾਕਫੀਅਤ ਤੁਹਾਡੇ ਕੋਲੋਂ ਮਿਲਦੀ ਹੈ, ਬਾ ਕਮਾਲ ਹੈ। ਇਸ ਤੋਂ ਬਿਨਾਂ ਉਹ ਕਿਹੜੀਆਂ ਕਿਹੜੀਆਂ ਕਿਤਾਬਾਂ ਤੁਹਾਡੀਆਂ ਨੇ, ਅਤੇ ਕਿੱਥੋਂ ਕਿੱਥੋਂ ਮਿਲ ਸਕਦੀਆਂ ਨੇ ਜੇ ਕੋਈ ਪੜ੍ਹਨਾ ਚਾਹੇ ਤਾਂ? ਮੁੱਖ ਤੌਰ 'ਤੇ ਤਾਂ ਮੈਂ ਲੇਖੇ ਲਿਖੇ ਆ ਜਿਹੜੇ ਪੰਜਾਬ ਦੀਆਂ ਪ੍ਰੋਮੀਨੈਂਟ ਅਖਬਾਰਾਂ 'ਚ, ਖਾਸ ਕਰਕੇ ਪੰਜਾਬੀ ਟ੍ਰਿਬਿਊਨ ਜਿਹੜੀ ਬੜੀ ਮੇਰੀ ਮਨ ਭਾਉਂਦੀ ਅਖਬਾਰ ਵਾ, ਅਜੀਤ ਅਖਬਾਰ ਅਤੇ ਨਵਾਂ ਜਮਾਨਾ ਦੇ ਐਤਵਾਰ ਤਾਂ, ਇਹਨਾਂ ਤਿੰਨਾਂ ਅਖਬਾਰਾਂ ਲਈ ਮੈਂ ਜਾਣੀ ਲਿਖ ਕੇ ਲਿਖਿਆ, ਉਹਨਾਂ ਦੇ ਕਹੇ 'ਤੇ ਵੀ ਅਤੇ ਮੈਂ ਆਪਣੇ ਆਪਣੇ ਵੱਲੋਂ ਵੀ ਖੁਸ਼ੀ ਦੇ ਤੌਰ 'ਤੇ ਵੀ ਇਹਨਾਂ ਅਖਬਾਰਾਂ 'ਚ ਲਿਖਿਆ। ਅਸਲ ਵਿੱਚ ਦਰਅਸਲ ਉਹ ਜਿਹੜੇ ਮੇਰੇ ਲੇਖ ਸੀਗੇ ਉਹੀ ਪਾਠਕਾਂ ਦੇ ਕਹਿਣ 'ਤੇ ਕਿਤਾਬਾਂ ਦੀ ਜਿਹੜੀ ਉਹ ਸ਼ਕਲ ਅਖਤਿਆਰ ਕਰ ਗਏ। ਲਿਖਣ ਮੈਂ ਬਹੁਤ ਲੰਬੇ ਸਮੇਂ ਤੋਂ ਬਾਅਦ ਲੱਗਾ, ਪਰ ਮੈਂ ਮਹਿਕਮੇ ਦੇ ਵਿੱਚ ਕੁਛ ਗੱਲਾਂ ਆਭਾਰਦਾ ਰਿਹਾ ਵੀ ਸਾਨੂੰ ਜਾਣੀ ਕੁਦਰਤ ਬਾਰੇ ਪਤਾ, ਇਹ ਜਿਹੜਾ ਵਿਗਾੜ ਆ ਰਹੇ ਆ ਸਾਨੂੰ ਇਹਦੇ ਬਾਰੇ ਲੋਕਾਂ ਨੂੰ ਆਪਣਾ ਪੈਣਾ, ਖਾਸ ਕਰਕੇ ਬਾਰਡਰ ਕ੍ਰਾਈਸਿਸ ਬਾਰੇ ਮੈਂ ਜਿਹੜੀ ਗੱਲ ਬਹੁਤ ਵੱਡੀ ਪੱਧਰ ਤੇ ਕਰਦਾ ਰਿਹਾ, ਹੋਰ ਵੀ ਜਿਹੜੇ ਕੁਦਰਤੀ ਵਾਤਾਵਰਨੀ ਵਿਗਾੜ ਆ ਉਹਦੇ ਬਾਰੇ ਵੀ ਮਹਿਕਮੇ ਦੇ ਵਿੱਚ ਅਸੀਂ ਇੱਕ ਸਮਝੋ ਗਰੁੱਪ ਸੀਗਾ ਜਿਹੜਾ ਇਹ ਗੱਲ ਮੁੱਖ ਤੌਰ 'ਤੇ ਲਿਆਂਦਾ ਸੀਗਾ। ਤੇ ਮੇਰਾ ਜ਼ਿਆਦਾ ਲਿਖਣ ਦਾ ਜਿਹੜਾ ਸਬਜੈਕਟ ਰਹੇ ਜਾਂ ਵਿਸ਼ਾ ਰਹੇ ਆ ਉਹ ਜਾਂ ਤਾਂ ਕੁਦਰਤ ਦੇ ਨਾਲ ਸੰਬੰਧਿਤ ਰਿਹਾ ਤੇ ਜਾਂ ਪਿੰਡਾਂ ਬਾਰੇ। ਪਿੰਡਾਂ ਦਾ ਲਿਖਣ ਦਾ ਕਾਰਨ ਇਹ ਸੀਗਾ ਵੀ ਮੇਰੀ ਜਿਹੜੀ ਮੁਕੰਮਲ ਡਿਊਟੀ ਪਿੰਡਾਂ ਦੇ ਵਿੱਚ ਵਿਚਰਦੀ ਸੀਗੀ ਤੇ ਮੈਨੂੰ ਬੜੀ ਭੁੱਖ ਸੀ ਜਾਣਨ ਦੀ ਵੀ ਇਹ ਪਿੰਡ ਦਾ ਨਾਂ ਇਹ ਕਿਉਂ ਪੈ ਗਿਆ, ਇਹ ਇੱਥੇ ਕਿਉਂ ਵੱਸ ਗਿਆ, ਇੱਥੇ ਦੀਆਂ ਜਾਤਾਂ ਕਿਹੜੀਆਂ, ਤੁਹਾਡੇ ਜੀਵਨ ਜਾਂਚ ਕੀ ਆ, ਤੁਹਾਡੇ ਕਮਾਈ ਦੇ ਸਾਧਨ ਕੀ ਆ, ਖਾਸ ਕਰਕੇ ਤੁਹਾਡੀਆਂ ਦੁਸ਼ਵਾਰੀਆਂ, ਤੁਹਾਡੀਆਂ ਜਾਣੀ ਤੰਗੀਆਂ ਤੋੜੇ ਕੀ ਆ, ਲੋਕਾਂ 'ਚ ਘੋਲ ਮਿਲ ਕੇ ਉਹਨਾਂ ਨੂੰ ਕੁਐਸਚਨ ਪੁੱਛਣ 'ਚ ਮੈਨੂੰ ਬੜੀ ਯਾਦ ਸੀ। ਉਹਦੇ 'ਚੋਂ ਹੀ ਉਸ ਪਿੰਡ ਦਾ ਪਿਛੋਕੜ ਫਰੀਡਮ ਮੂਵਮੈਂਟ ਦੇ ਵਿੱਚ ਉਸ ਪਿੰਡ ਦੀ ਕੋਈ ਦੇਣ ਜਾਂ ਉਸ ਪਿੰਡ ਦੀ ਕੋਈ ਖਾਸ ਵਿਸ਼ੇਸ਼ਤਾ, ਚਾਹੇ ਉਹ ਫਸਲ ਦੇ ਰੂਪ 'ਚ ਹੋਵੇ, ਚਾਹੇ ਕੋਈ ਉੱਥੇ ਦਾ ਕਿਰਤੀ ਸ਼ਿਲਪੀ ਵਧੀਆ ਹੋਵੇ, ਮੈਂ ਜਾਣੀ ਉਹਨਾਂ ਕਮੀਆਂ ਕਮੀਣਾ ਜਾਂ ਜਿਹਨਾਂ ਨੂੰ ਸੋ ਕਾਰਡ ਖੋਤੀ ਜਾਣੀ ਮੰਗ ਖਾਣੀਆਂ ਜੱਤਾਂ ਕਹਿ ਦਿੰਦੇ ਆ, ਦਰਅਸਲ ਇਵੇਂ ਨਹੀਂ ਸੀ, ਮੈਂ ਉਹਨਾਂ ਨੂੰ ਜਾਣੀ ਉਹਨਾਂ ਬਾਰੇ ਨਿੱਠ ਕੇ ਲਿਖਿਆ ਵੀ ਜਿਹੜਾ ਸਾਡੀ ਡਿਵੈਲਪਮੈਂਟ ਆ ਉਹਦੇ ਵਿੱਚ ਜਿਹੜੇ ਕਿਰਤੀ ਲੋਕ ਆ ਉਹਨਾਂ ਦਾ ਬਹੁਤ ਵੱਡਾ ਹਿੱਸਾ ਆ। ਇਤਿਹਾਸ ਜਿਹੜਾ ਰਾਜੇ ਰਾਣੀਆਂ ਦੀ ਕਹਾਣੀ ਨਹੀਂ ਹੁੰਦੀ, ਦਰਅਸਲ ਜਿਹੜਾ ਲੋਕਾਂ ਦੀ ਜਿਹੜੇ ਆ ਇਹ ਕਾਰਜਸ਼ੀਲਤਾ ਉਹ ਵੀ ਆਪਣੇ ਆਪ 'ਚ ਇੱਕ ਇਤਿਹਾਸ ਹੁੰਦਾ ਹੈ। ਉਸੇ ਫਿਰ ਪਿੰਡਾਂ ਦੇ ਵਿੱਚ ਜੇ ਫਰੀਡਮ ਮੂਵਮੈਂਟ ਕੋਈ ਚੱਲੀ, ਖਾਸ ਕਰਕੇ ਮੇਰੇ ਦੁਆਬੇ ਦੇ ਵਿੱਚ ਮੇਰੇ ਇਲਾਕੇ 'ਚ ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਬੱਬਰ ਅਕਾਲੀ ਲਹਿਰ ਜਿਹੜੀ ਆ ਉਹ ਬੜੀ ਸਰਗਰਮ ਰਹੀ ਆ, ਮੈਂ ਉਹਦੇ ਬਾਰੇ ਵੀ ਉਹਦੀਆਂ ਲੁਕਮੀਆਂ ਕੇ ਤੰਦਾਂ ਜਿਹਨਾਂ ਬਾਰੇ ਲਿਖਿਆ ਨਹੀਂ ਗਿਆ, ਅਗਨੋਰਡ ਪੱਖ ਜਿਹੜੇ ਆ ਉਹਨਾਂ ਨੂੰ ਵੀ ਲਿਖਣ ਦੀ ਸਮੇਟਣ ਦੀ ਕੋਸ਼ਿਸ਼ ਕੀਤੀ ਆ। ਹੁਣ ਤੱਕ ਮੇਰੀਆਂ 11 ਪੁਸਤਕਾਂ ਆ ਗਈਆਂ, ਜਿਹਨਾਂ 'ਚੋਂ 4 ਜਿਹੜੀਆਂ ਉਹ ਕੁਦਰਤ ਦੇ ਨਾਲ ਜਾਂ ਕੁਦਰਤੀ ਸੋਮਿਆਂ ਦੇ ਨਾਲ ਉਹਦੇ ਹੋ ਘਾਣ ਬਾਰੇ ਉਹਦੇ ਨਾਲ ਸੰਬੰਧਿਤ ਆ, 4 ਕਿਤਾਬਾਂ ਜਿਹੜੀਆਂ ਮੇਰੀਆਂ ਉਹ ਫਰੀਡਮ ਮੂਵਮੈਂਟ ਦੇ ਨਾਲ ਸੰਬੰਧਿਤ ਆ, 3 ਨੂੰ ਅਸੀਂ ਰਲਵੀਂ ਮਿਲਵੀਆਂ ਕਹਿ ਸਕਦੇ ਹਾਂ, ਜਿਵੇਂ ਮਨੁੱਖੀ ਹਿੰਮਤ ਉਹਦੇ ਪਹਿਲਕਦਮੀ ਦੇ ਕ੍ਰਿਸ਼ਮ ਮਹੱਤੜ ਲੋਕ ਜਾਣੀ ਕੀ ਤਬਦੀਲੀਆਂ ਕਰ ਦਿੰਦੇ ਆ, ਚੇਤ ਤੌਰ ਤੇ ਲੋਕਾਂ ਲਈ ਕੀ ਉਹ ਫਾਇਦਾ ਪਹੁੰਚਾ ਦਿੰਦੇ ਆ, ਉਹਨਾਂ ਬਾਰੇ ਵੀ ਮੈਂ ਲਿਖਿਆ ਹੈਗਾ ਆ। ਗਦਰ ਦੀਆਂ ਪੈੜਾਂ ਮੇਰੀ ਇੱਕ ਕਿਤਾਬ ਹੈਗੀ ਆ ਗਦਰ ਮੂਵਮੈਂਟ ਦੇ ਬਾਰੇ, ਦੇਸ਼ ਭਗਤ ਜਾਗਰ ਹਾਲ ਜਲੰਧਰ ਨੇ ਛਾਪੀ ਆ। ਕੁਦਰਤ ਬਾਰੇ ਜਿਹੜੀਆਂ ਜਿੰਨੀਆਂ ਮੇਰੀਆਂ ਕਿਤਾਬਾਂ ਹੈਗੀਆਂ, ਜਿਹਨਾਂ ਚੋਂ ਟਾਵਾਂ ਟਾਵਾਂ ਤਾਰਾ ਤੇ ਮਨੁੱਖੀ ਹਿੰਮਤ ਤੇ ਪਹਿਲਕਦਮੀ ਦੇ ਕ੍ਰਿਸ਼ਮੇ ਆਪਣੀ ਮੌਤ ਨੂੰ ਬਾਜਾ ਮਾਰਿਆ ਮਨੁੱਖ, ਇਹ ਪੀਪਲਜ਼ ਫੋਰਮਾਂ ਜਿਹੜੀ ਆ ਉਹ ਬਰਕਾਲੀ ਵਾਲੇ ਨੇ ਛਾਪੀ ਹੈਗੀ ਆ। ਹੁਣੇ ਬੀਤੇ ਸਮੇਂ 'ਚ ਮੇਰੀ ਇੱਕ ਕਿਤਾਬ ਆਈ ਆ ਬੀਤੇ ਨੂੰ ਫਰੋਲਿਆ, 1947 ਦੀ ਟ੍ਰੈਜਡੀ, ਮੇਰੇ ਪਿੰਡਾਂ ਦੇ ਦੁਆਲੇ ਪਹਾੜੀ ਇਲਾਕੇ ਨਾਲ ਜੁੜਵੇਂ ਬਹੁਤ ਸਾਰੇ ਪਠਾਨ ਜਾਂ ਮੁਸਲਮਾਨਾਂ ਦੇ ਪਿੰਡ ਸੀ ਜੋ ਉਹਨਾਂ ਨਾਲ ਹੋਇਆ ਵਾ। ਆਮ ਤੌਰ 'ਤੇ ਇੱਕ ਬੜੀ ਧੂਮ ਆ ਵੀ ਸ਼ਾਇਦ ਮੁਸਲਮਾਨਾਂ ਨੇ 47 'ਚ ਹਿੰਦੂ ਜਾਂ ਸਿੱਖਾਂ ਦੀ ਵੱਢ ਟੁੱਕ, ਨਹੀਂ ਇਵੇਂ ਨਹੀਂ,
ਉਹਨਾਂ ਵੱਲੋਂ ਵੀ ਹੋਇਆ ਤੇ ਮਾੜਾ ਜਿਹੜਾ ਉਹ ਸਾਡੇ ਵੱਲੋਂ ਵੀ ਵਾਪਰਿਆ, ਦੋਹਾਂ ਧਿਰਾਂ ਵੱਲੋਂ ਹੀ, ਜਿਹਨਾਂ ਨੂੰ ਜਾਣੀ ਇਹ ਧਾਰਮਿਕ ਆਗੂਆਂ ਨੇ ਜਾਂ ਪੋਲੀਟੀਸ਼ਨਾਂ ਨੇ ਗਾਹ ਕਰ ਦਿੱਤਾ ਇਹ ਜਿਹੜੀ ਆ ਬੈਠਕ ਹੋਈ। ਉਹਦੇ ਨਾਲ 47 ਦੇ ਵਿੱਚ ਜਿਹੜਾ ਬਹੁਤ ਵੱਡਾ ਨੁਕਸਾਨ ਦੋ ਸੂਬਿਆਂ ਨੂੰ ਹੋ ਗਿਆ, ਇੱਕ ਪੰਜਾਬ ਨੂੰ ਤੇ ਦੂਜਾ ਬੰਗਾਲ ਨੂੰ। ਮੇਰਾ ਇਹ ਪੱਕਾ ਜਾਣੀ ਇਹ ਕਹਿਣਾ ਹੈਗਾ ਕਿ ਜਿਹੜੀ 1947 ਜਿਹੜੀ ਸਾਨੂੰ ਆਜ਼ਾਦੀ ਮਿਲੀ ਆ, ਦਰਅਸਲ ਇਹ ਦੋ ਸੂਬਿਆਂ ਦੇ ਨਾਲ ਬਹੁਤ ਵੱਡਾ ਅਨਿਆਂ ਹੋ ਗਿਆ ਪੰਜਾਬ ਤੇ ਬੰਗਾਲ ਦੇ ਨਾਲ। ਜਿਹੜੀ ਵੰਡ ਹੋਈ ਆ ਪੰਜਾਬ ਤੇ ਬੰਗਾਲ ਦੀ ਹੋਈ ਆ, ਅਸਲ ਵਿੱਚ ਭਾਰਤ ਦੀ ਨਹੀਂ। ਬਿਲਕੁਲ, ਦੋਨਾਂ ਸੂਬਿਆਂ ਨੇ ਵਿਜੇ ਜੀ ਦੋਨਾਂ ਹੀ ਸੂਬਿਆਂ ਨੇ ਆਜ਼ਾਦੀ ਲਈ ਜੱਦੋਜਹਿਦ ਕੀਤੀ। ਸਭ ਤੋਂ ਵੱਧ ਫਰੀਡਮ ਫਾਈਟਰ ਇਹਨਾਂ ਸੂਬਿਆਂ ਦੇ ਨੇ, ਸਭ ਤੋਂ ਵੱਧ ਪੜ੍ਹਨਾ ਲਿਖਣਾ ਇਹਨਾਂ ਸੂਬਿਆਂ 'ਚ ਹੈ। ਪੜ੍ਹਨ ਦੇ ਮਾਮਲੇ ਸਭ ਤੋਂ ਮੂਹਰੇ ਬੰਗਾਲੀ ਨੇ, ਉਹਦੇ ਕੋਲ ਪੈਸੇ ਹੋਣੇ ਬੰਗਾਲੀ ਕਿਤਾਬ ਖਰੀਦੂ, ਪੰਜਾਬੀ ਕੋਲ ਪੈਸੇ ਹੋਣਗੇ ਕਿਤਾਬ ਤੋਂ ਪਹਿਲਾਂ ਸ਼ਰਾਬ ਖਰੀਦੂ। ਸਭ ਤੋਂ ਵੱਧ ਬਲੀਦਾਨ ਬੰਗਾਲ ਅਤੇ ਪੰਜਾਬ ਨੇ ਕੀਤਾ ਅਤੇ ਦੋਨੋਂ ਵੱਡੇ ਕੱਟੇ ਗਏ। ਬੰਗਾਲ ਫਿਰ ਕਿਸੇ ਨਾ ਕਿਸੇ ਹੱਦ ਤੱਕ ਸੰਭਲ ਗਿਆ, ਪਰ ਅਸੀਂ ਕੁਛ ਨਹੀਂ ਸੰਭਾਲਿਆ ਆਪਣਾ, ਇਹ ਵੀ ਤ੍ਰਾਸਦੀ ਹੈ ਜੀ। ਸਾਡੀ ਤਾਂ ਵੰਡ ਡਰ ਵੰਡ ਹੁੰਦੀ ਰਹੀ, ਸਾਡੇ ਜਾਣੀ 47 ਦੀ ਇਕੱਲੀ ਵੰਡ ਨਹੀਂ ਹੋਈ, ਪੰਜਾਬ ਮਗਰੋਂ ਵੀ ਕਈ ਵਾਰ ਵੰਡਿਆ ਗਿਆ। ਇਹ ਕਿਹਦੇ ਲਈ ਹੋਟ ਰਹੀ, ਇਕੱਲਾ ਪੰਜਾਬ ਦੀ ਜ਼ਮੀਨ ਹੀ ਨਹੀਂ ਵੰਡੀ ਗਈ, ਪੰਜਾਬ ਦਾ ਪਾਣੀ ਵੀ ਜਾਂਦਾ ਲੱਗਾ, ਪੰਜਾਬ ਦੇ ਪਹਾੜ ਵੀ ਜਾਂਦੇ ਲੱਗੇ, ਪੰਜਾਬ ਦਾ ਜੰਗਲ ਵੀ ਜਾਂਦਾ ਲੱਗਾ, ਬੜਾ ਪੰਜਾਬ ਦੇ ਨਾਲ ਅਨਿਆਂ ਹੋ ਗਿਆ। ਪਰ ਉਹਦੇ ਲਈ ਜਿਹੜੇ ਦੋਸ਼ੀ ਆ, ਇਕੱਲਾ ਸੈਂਟਰ ਹੀ ਨਹੀਂ, ਅਸਲ ਵਿੱਚ ਅਸੀਂ ਪੰਜਾਬ ਵਾਲੇ ਵੀ ਸਾਰੇ। ਕੁਲਵੰਤ ਗਰੇਵਾਲ ਸਾਹਿਬ ਨੇ, ਉਹਨਾਂ ਨੇ ਲਿਖਿਆ ਕਿ ਪੰਜਾਬ ਅਸੀਮ ਪਰ ਪੰਜਾਬ ਤਕਸੀਮ ਦਰ ਤਕਸੀਮ। ਅਤੇ ਆਪਾਂ ਥੋੜ੍ਹਾ ਜਿਹਾ ਅੱਜ ਵਾਤਾਵਰਨ ਦਿਵਸ 'ਤੇ ਗੱਲ ਕਰਨਾ, ਫਿਰ ਆਉਣ ਵਾਲੇ ਸਮੇਂ 'ਚ ਮੁਲਾਕਾਤਾਂ ਢੇਰ ਹੋਣਗੀਆਂ, ਇਹ ਆਪਣੀ ਸ਼ੁਰੂਆਤ ਆ ਜੇ, ਦੇਰ ਆਏ ਦਰੁਸਤ ਆਏ ਦਾ। ਇਸ ਦੌਰਾਨ ਵਿਜੇ ਬੰਬੇਲੀ ਸਾਹਿਬ, ਮੈਂ ਜਾਣਨਾ ਚਾਹਾਂਗਾ ਇਸ ਤੋਂ ਬਿਨਾਂ ਹੋਰ ਕਿਹੜੀਆਂ ਕਿਹੜੀਆਂ ਕਿਤਾਬਾਂ ਤੁਸੀਂ ਲਿਖੀਆਂ, ਉਸ ਤੋਂ ਬਾਅਦ ਫਿਰ ਆਪਾਂ ਵਾਤਾਵਰਨ ਦਿਵਸ 'ਤੇ ਗੱਲ ਕਰਨੀ ਹੈ ਜੀ। ਇੱਕ ਸਦੀ ਪਹਿਲਾਂ ਆਜ਼ਾਦੀ ਲਹਿਰ ਦੇ ਵਿੱਚ ਬੱਬਰ ਅਕਾਲੀ ਲਹਿਰ ਜਿਹੜੀ ਉਹ ਦੁਆਬੇ ਦੀ ਮੂਵਮੈਂਟ ਸੀ, ਉਹਦਾ ਬੜਾ ਵੱਡਾ ਰੋਲ ਆ। ਤੇ ਕੁਛ ਮਹੀਨੇ ਪਹਿਲੇ ਮੇਰੀ ਇਹ ਜਿਹੜੀ ਕਿਤਾਬ ਆ ਨਵਯੁਗ ਪਬਲਿਸ਼ਰ ਦਿੱਲੀ ਵਾਲੇ ਨੇ ਛਾਪੀ ਆ, ਹਾਂਜੀ, ਬੱਬਰ ਅਕਾਲੀ ਲਹਿਰ ਨੂੰ ਮੁੜ ਫਰੋਲ। ਮੈਨੂੰ ਲੱਗਦਾ ਬਹੁਤ ਸਾਰੇ ਜਿਹੜੇ ਆਸਪੈਕਟ ਆ ਜਿਹੜੇ ਲੁਕੇ ਛੁਪੇ ਰਹਿ ਗਏ, ਉਹਨਾਂ ਸਾਰਿਆਂ ਨੂੰ ਇਸ ਪੁਸਤਕ ਦੇ ਵਿੱਚ ਮੈਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਇਹਦਾ ਮਤਲਬ ਇਹ ਨਹੀਂ ਵੀ ਇਹਦੇ ਬਾਰੇ ਇਸ ਮੂਵਮੈਂਟ ਬਾਰੇ ਪਹਿਲਾਂ ਲਿਖਿਆ ਨਹੀਂ ਗਿਆ, ਲਿਖਿਆ ਗਿਆ, ਬੜਾ ਕਮਾਲ ਦਾ ਲਿਖਿਆ ਹਿਸਟੋਰੀਅਨ ਨੇ, ਪਰ ਕਿਉਂਕਿ ਮੈਂ ਉਹਨਾਂ ਪਿੰਡਾਂ ਦੇ ਵਿੱਚ ਵਿਚਰਦਾ ਰਿਹਾ, ਮੈਂ ਨਿੱਠ ਕੇ ਪੜ੍ਹਿਆ ਵੀ, ਲੋਕਾਂ ਨਾਲ ਇੰਟਰਵਿਊ ਕੀਤੀ, ਬਾਰ ਬਾਰ ਪਿੰਡਾਂ 'ਚ ਗਿਆ, ਤੇ ਬੜਾ ਕੁਛ ਨਵਾਂ ਜਿਹੜਾ ਉਹ ਮੈਨੂੰ ਉੱਠਿਆ। ਇਸ ਕਿਤਾਬ ਨੂੰ ਵੀ ਬੜਾ ਪਸੰਦ ਕੀਤਾ ਗਿਆ, ਚਰਚਾ ਦੇ ਵਿੱਚ ਆ, ਇਹਦੇ 'ਤੇ ਬਹਿਸ ਚੱਲ ਰਹੀ ਆ, ਤੇ ਦੇਖੋ ਕੀ ਸੱਟਾ ਨਿਕਲਦਾ, ਕੀ ਇਹਦੇ 'ਚ ਸੋਧਾ ਕਰਨਾ ਪੈਂਦੀਆਂ ਜਾਂ ਇਹ 'ਚ ਕੋਈ ਵਾਧਾ ਕਰਨਾ ਪੈਂਦਾ, ਇਹ ਭਵਿੱਖ ਦੇ ਹੱਥ ਜੀ। ਤੇ ਜਿਵੇਂ ਮੈਂ ਪਹਿਲਾਂ ਹੀ ਕੀਤਾ ਵੀ ਮੈਂ ਮੂਲ ਰੂਪ 'ਚ ਪਾਠਕਾਂ ਮੈਂ ਪੜ੍ਹਦਾ ਹਾਂ, ਪਰ ਗਾਹੇ ਵਗਾਹੇ ਮੈਂ ਸਿਰਫ ਲਿਖਦਾ ਆ। ਇੰਟਰਵਿਊ ਮੈਂ ਹੁਣੇ ਆਫਟਰ ਰਿਟਾਇਰਮੈਂਟ ਮੇਰੀਆਂ ਕੁਛ ਇੰਟਰਵਿਊ ਜਿਹੜੀਆਂ ਦੇਣੀਆਂ ਸ਼ੁਰੂ ਹੋਈ, ਮੈਨੂੰ ਅਜੇ ਵੀ ਮਾਈਕ ਤੋਂ ਤਾਂ ਜਾਣੀ ਕੈਮਰੇ ਤੋਂ ਬੜਾ ਤਕਨੀਕ ਜਾਂ ਇਹ ਚੀਜ਼ਾਂ ਬਹੁਤ ਲੇਟ ਆਈਆਂ ਨੇ, ਪਰ ਫਿਰ ਵੀ ਮਤਲਬ ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ, ਕਿਉਂਕਿ ਜਿਹੜੀਆਂ ਮੁਸ਼ਕਤਾਂ ਝੱਲੀਆਂ ਨੇ ਉਸ ਕਰਕੇ ਹੀ ਇਸ ਤਰ੍ਹਾਂ ਦੇ ਮਰਾਤਬਿਆਂ ਨੂੰ ਪਹੁੰਚਦੇ ਆ ਲੋਕ। ਪਰ ਇਹ ਹੈ ਕਿ ਦੇਖੋ ਲੇਖਣੀ ਗੱਲ ਹੋ ਰਿਹਾ, ਪਰ ਤੁਹਾਡੀ ਜਿਹੜੀ ਸ਼ਖਸੀਅਤ ਹੈ, ਅੱਜ ਕੱਲ੍ਹ ਜਿਸ ਤਰ੍ਹਾਂ ਵੀਡੀਓ ਆ ਗਿਆ, ਅਸੀਂ ਵੀ ਰੇਡੀਓ ਕਰਦੇ ਹਾਂ, ਪਰ ਇਹ ਜਿਹੜਾ ਮਾਧਿਅਮ ਹੈ, ਕਿਉਂਕਿ ਬਹੁਤ ਸਾਰੇ ਪਾਠਕ ਪੜ੍ਹ ਨਹੀਂ ਪਾਉਂਦੇ ਅੱਜ ਕੱਲ੍ਹ, ਕਿਉਂਕਿ ਜੇ ਤੁਸੀਂ ਕਿਤਾਬ ਪੜ੍ਹਨ ਲੱਗ ਜਾਂਦੇ ਹੋ ਤੁਸੀਂ ਹੋਰ ਕੁਛ ਨਹੀਂ ਕਰ ਸਕਦੇ, ਟੈਲੀਵਿਜ਼ਨ ਦੇਖਦੇ ਦੇਖਦੇ ਤੁਸੀਂ ਹੋਰ ਕੰਮ ਵੀ ਕਰ ਸਕਦੇ ਹੋ, ਰੇਡੀਓ ਵੇਖਦੇ ਵੇਖਦੇ ਤੁਸੀਂ ਸਾਰੇ ਕੰਮ ਕਰ ਸਕਦੇ ਹੋ। ਸੋ ਵੱਖ ਵੱਖ ਵਿਧਾਵਾਂ ਬਣ ਗਈਆਂ, ਵੱਖ ਵੱਖ ਸਿਨਫਾਂ ਨੇ। ਖੈਰ, ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਕਿਤਾਬਾਂ ਆਪ ਜੀ ਨੇ ਲਿਖੀਆਂ, ਇਸ ਤੋਂ ਬਾਅਦ ਆਪਾਂ ਵਾਤਾਵਰਨ ਦਿਵਸ 'ਤੇ ਗੱਲ ਕਰਾਂਗੇ ਜੀ। ਮੈਂ ਤੁਹਾਨੂੰ ਕਿਤਾਬਾਂ ਬਾਰੇ ਦੱਸ ਦਿੰਦਾ। ਧਰਤੀ ਪੁੱਤਰ ਮੇਰੀ ਇੱਕ ਜਿਹੜੀ ਪਹਿਲੀ ਕਿਤਾਬ ਸੀਗੀ, ਉਹ ਲੋਕਲ ਮੂਵਮੈਂਟ ਦੇ ਵਿੱਚ, ਆਮ ਜਿਹੜੇ ਬੰਦੇ ਫਰੀਡਮ ਮੂਵਮੈਂਟ ਦੇ ਵਿੱਚ ਉਹ ਜਿਹੜੇ ਇਗਨੋਰਡ ਹੋ ਗਏ, ਜਿਹਨਾਂ ਬਾਰੇ ਕਿਸੇ ਨੇ ਲਿਖਿਆ ਨਹੀਂ, ਉਹਦੇ ਨਾਲ ਸੰਬੰਧਿਤ ਹੈਗੀ ਆ। ਮੈਨੂੰ ਇਹ ਲੱਗਦਾ ਸੀਗਾ ਵੀ ਤੁਸੀਂ ਸ਼ਹੀਦ ਬਾਰੇ ਜਾਂ ਵੱਡਾ ਜਿਹੜਾ ਫਰੀਡਮ ਫਾਈਟਰ ਉਹਦੀ ਗੱਲ ਤਾਂ ਕਰਦੇ ਆ, ਪਰ ਜੋ ਉਹਦੇ ਮਗਰ ਘਰਦਿਆਂ ਨੇ ਸੰਤਾਪ ਝੱਲਿਆ, ਉਹਨਾਂ ਦੀਆਂ ਔਰਤਾਂ ਨੇ, ਉਹਨਾਂ ਦੀਆਂ ਪਤਨੀਆਂ ਨੇ, ਬੱਚਿਆਂ ਨੇ ਜਾਂ ਪਿੰਡ ਨੇ ਜੋ ਸੰਤਾਪ ਹੰਢਾਇਆ, ਉਹਦੇ ਬਾਰੇ ਕਿਸੇ ਨੇ ਗੱਲ ਹੀ ਨਹੀਂ ਕੀਤੀ। ਉਹਨਾਂ ਨੇ ਬਹੁਤ ਇਹ ਸਾਰਾ ਕੁਛ ਇਸ ਮੈਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਧਰਤੀ ਪੁੱਤਰ। ਦੂਜਾ ਗਦਰ ਦੀ ਪੈੜਾਂ, ਤੀਜਾ
ਮਨੁੱਖੀ ਹਿੰਮਤ ਅਤੇ ਪਹਿਲਕਦਮੀ ਦੇ ਕ੍ਰਿਸ਼ਮੇ ਕੰਢੀ ਇਲਾਕੇ ਦੇ ਪਿੰਡਾਂ ਦਾ ਇਤਿਹਾਸ, ਜਿਹੜੇ ਪ੍ਰੋਮੀਨੈਂਟ ਪਿੰਡ ਵਾ, ਚਾਹੇ ਉਹ ਇਤਿਹਾਸਕ ਪਿੰਡ ਵਾ, ਚਾਹੇ ਫਰੀਡਮ ਮੂਵਮੈਂਟ ਚ ਦੇਣ ਹੈਗੀ ਆ, ਚਾਹੇ ਉਹ ਪ੍ਰਾਚੀਨ ਪਿੰਡ ਵਾ ਜਿੱਦਾਂ ਬਜਵਾੜਾ ਆ, ਜੇਜੋਂ ਆ, ਉਹਨਾਂ ਪਿੰਡਾਂ ਬਾਰੇ ਲਿਖਿਆ। ਤੇ ਖੁਸ਼ੀ ਵਾਲੀ ਗੱਲ ਜਾਂ ਮੇਰੀ ਤਸੱਲੀ ਵਾਲੀ ਗੱਲ ਇਹ ਆ ਵੀ ਇਹਨੂੰ ਪੰਜਾਬੀ ਨੂੰ ਹਜੇ ਪਟਿਆਲੇ ਨੇ ਛਾਪਿਆ, ਬਿਲਕੁਲ। ਉਹ ਤੋਂ ਬਾਅਦ ਹਾਂਜੀ, ਗੁਮਨਾਮ ਦੇਸ਼ ਭਗਤਾਂ ਦਾ ਪਿੰਡ ਰੋੜਕੀ ਖਾਸ ਇੱਕ ਪਿੰਡ ਆ ਸ਼ੰਕਰ ਦੇ ਲਾਗੇ, ਉਹ ਮੂਵਮੈਂਟ ਦੇ ਵਿੱਚ ਉਹਦੀ ਬੜੀ ਵੱਡੀ ਦੇਣ ਆ। ਉਸ ਪਿੰਡ ਨੇ ਬੜਾ ਤਸ਼ੱਦਦ ਝੱਲਿਆ, ਜੁਰਮਾਨੇ ਹੋਏ, ਉਹਨਾਂ ਦੀਆਂ ਨੌਕਰੀਆਂ ਰੁਕੀਆਂ, ਉਹਨਾਂ ਨੂੰ ਉਹਨਾਂ ਦੀਆਂ ਗਰਾਂਟਾਂ ਬੰਦ ਹੋਈਆਂ, ਉਹ ਲੋਕ ਜੂਹ ਬੰਦ ਹੋ ਗਏ, ਦੂਏ ਤੋਂ ਆਪਣੇ ਵਸੀਮੇ ਤੋਂ ਬਾਹਰ ਨਹੀਂ ਸੀ ਜਾ ਸਕਦੇ ਅੰਗਰੇਜ਼ਾਂ ਟਾਈਮ। ਉਸ ਪਿੰਡ ਬਾਰੇ ਲਿਖਿਆ, ਰੋੜਕੀ ਖਾਸ ਪਿੰਡ ਆ। ਫਿਰ ਮੋਹਰਾਂ ਵਾਲੀ ਪਿੰਡ ਆ, ਸ਼ਹੀਦ ਭਗਤ ਸਿੰਘ ਦਾ ਵੈਸੇ ਤਾਂ ਉਹ ਨਾਨਕਾ ਪਿੰਡ ਆ, ਪਰ ਉਸ ਦੀਆਂ ਕੋਈ ਆਪਣੀਆਂ ਪਿਰਤਾਂ ਹੈ, ਆਪਣਾ ਧਰੋਹਰ ਵਾ, ਆਪਣੀ ਤਵਾਰੀਖ ਵਾ। ਉਸ ਪਿੰਡ ਬਾਰੇ ਵੀ ਲਿਖਿਆ, ਟਾਵਾਂ ਟਾਵਾਂ ਤਾਰਾ ਨਵੇਕਲੇ ਬੰਦੇ, ਆਮ ਲੋਕ ਜਿਹਨੀ ਇਸ ਡਿਵੈਲਪਮੈਂਟ ਦੇ ਵਿੱਚ ਜਾਂ ਸਮਾਜ ਨੂੰ ਜਿਹਨਾਂ ਦੀ ਬੜੀ ਵੱਡੀ ਦੇਣ ਆ, ਮਹੱਤੜ ਲੋਕ ਜਿਹਨਾਂ ਦਾ ਕੋਈ ਜਿਗਰੇ ਨਹੀਂ ਕਰਦਾ, ਟਾਵਾਂ ਟਾਵਾਂ ਤਾਰਾ ਉਹਨਾਂ ਨੂੰ ਆ। ਤੇ ਬੀਤੇ ਨੂੰ ਫਰੋਲਦਿਆਂ ਜਿਹੜੀ ਆ ਉਹ 47 ਦੀ ਤ੍ਰਾਸਦੀ ਆ, ਇਹ ਨਰੋਲ ਮੁਸਲਮਾਨ ਪਿੰਡਾਂ ਚ ਜੋ ਹੋਇਆ ਵਾਪਰਿਆ ਉਹਦੇ ਨਾਲ ਇਹ ਰਿਲੇਟਡ ਕਿਤਾਬ ਹੈਗੀ ਆ। ਇਹ ਇਸ ਇਹ ਕਿਤਾਬ ਕਾਫੀ ਚਰਚਾ ਚ ਰਹੀ ਆ, ਤੇ ਇਹ 11 ਕਿਤਾਬਾਂ ਹਨ ਜਿਹਨਾਂ ਮੈਂ ਤੁਹਾਨੂੰ ਬਿਲਕੁਲ। ਨਾਲੇ ਉਹ ਮੌਲਿਕ ਰੂਪ ਦੇ ਵਿੱਚ ਤੁਸੀਂ ਉਹਨਾਂ ਪਿੰਡਾਂ ਦਾ ਇਤਿਹਾਸ, ਉਸ ਪਿੰਡ ਦੀ ਜਿਹੜੀ ਲੋਕੇਸ਼ਨ ਹੈ, ਉਹ ਕਿਸ ਸਥਾਨ 'ਤੇ ਹੈ, ਉਹ ਪਿੰਡ ਦਾ ਨਾਂ ਕਿੱਦਾਂ ਪਿਆ, ਉਹਨਾਂ ਕਈ ਪਿੰਡਾਂ ਦੇ ਕਰੈਕਟਰਾਂ ਦਾ ਜ਼ਿਕਰ ਕੀਤਾ, ਜ਼ਮੀਨੀ ਹਕੀਕਤਾਂ 'ਤੇ ਜਾਣੀ ਗਰਾਊਂਡ 'ਤੇ ਜਾ ਕੇ ਕੰਮ ਕੀਤਾ। ਸੋ ਇਸ ਤਰ੍ਹਾਂ ਜਿਸ ਤਰ੍ਹਾਂ ਵਾਤਾਵਰਨ ਦਿਵਸ ਮਨਾਉਣੇ ਪੈ ਰਹੇ ਨੇ, ਤੁਹਾਡਾ ਬੜਾ ਰਮਣੀਕ ਇਲਾਕਾ ਦੁਆਬਾ, ਚੋਹਾਂ ਖੱਡਾਂ ਦਾ ਇਲਾਕਾ ਹੈ, ਪਰ ਤ੍ਰਾਸਦੀਆਂ ਸਾਰੇ ਪਾਸੇ ਹੋ ਰਹੀਆਂ ਨੇ। ਮੈਂ ਇੱਕ ਅੱਜ ਵੇਖ ਵੀ ਰਿਹਾ ਸੀ ਦੁਆਬੇ ਦੇ ਇਲਾਕੇ ਦੇ, ਹੁਸ਼ਿਆਰਪੁਰ ਦੇ ਬਹੁਤ ਸਾਰੇ ਪਿੰਡ ਨੇ ਉਹ ਬੇਆਬਾਦ ਹੋ ਗਏ ਨੇ, ਕਾਂਹੀਵਾਲ ਹੈ ਜਾਂ ਹੋਰ ਕਈ ਪਿੰਡਾਂ ਦਾ ਜ਼ਿਕਰ ਆਉਂਦਾ। ਇਸ ਤਰ੍ਹਾਂ ਵਾਤਾਵਰਨ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਅੱਜ ਲਿਖਿਆ ਟ੍ਰਿਬਿਊਨ ਦੇ ਵਿੱਚ ਤੁਹਾਡਾ ਆਰਟੀਕਲ ਹੈ, ਅਤੇ ਉਸ ਤੋਂ ਬਾਅਦ ਵਾਤਾਵਰਨ ਦਿਵਸ ਇਹ ਚੀਜ਼ ਮਨਾਏ ਜਾਂਦੇ ਨੇ, ਪਰ ਜਿਸ ਤਰ੍ਹਾਂ ਜੰਗਲ ਰਾਜ ਤਾਂ ਵੱਧ ਰਿਹਾ, ਇੱਕ ਪਾਸੇ ਜੰਗਲਾਤ ਘੱਟ ਵੀ ਰਿਹਾ, ਕੀ ਸਥਿਤੀ ਅਸਲ ਪੰਜਾਬ ਦੀ ਵਿਜੇ ਬੰਬੇਲੀ ਜੀ ਦੇ ਮੁਤਾਬਕ ਵਾਤਾਵਰਨ ਪੱਖੋਂ? ਹਾਂਜੀ, ਮੈਨੂੰ ਇਹ ਲੱਗਦਾ ਵੀ ਪੰਜਾਬ ਚ ਇੱਕ ਵੱਡੀ ਪੱਧਰ ਤੇ ਮਾਈਗ੍ਰੇਸ਼ਨ ਆ। ਇੱਕ ਤਾਂ ਰੁਜ਼ਗਾਰ ਪੱਖੋਂ ਸਾਡੇ ਦੁਆਬਾ ਤਾਂ ਸਾਰਾ ਜਿਹੜਾ ਉਹ ਇਹ ਬਾਹਰਲੇ ਮੁਲਕਾਂ ਨੂੰ ਜਾਣੀ ਇਹ ਝੋਲੇ ਚੱਕ ਕੇ ਤੁਰ ਪਿਆ। ਇੱਕ ਸਾਡੇ ਕੁਦਰਤੀ ਤ੍ਰਾਸਦੀਆਂ ਪੱਖੋਂ, ਇਹਦੇ ਪੱਖੋਂ ਵੀ ਮਾਈਗ੍ਰੇਸ਼ਨ ਹੋਣੀ ਆ। ਮਿੱਟੀ ਸਾਡੀ ਜ਼ਹਿਰੀਲੀ ਹੋਣ ਜਾ ਰਹੀ ਆ, ਪਾਣੀ ਸਾਡੇ ਡੂੰਘੇ ਹੋਣ ਜਾ ਰਹੇ ਆ, ਦੂਸ਼ਿਤ ਹੋਣ ਜਾ ਰਹੇ ਆ, ਆਬੋ ਹਵਾ ਸਾਡੀ ਵਿਗੜਨੀ ਸ਼ੁਰੂ ਹੋ ਗਈ। ਜਿਵੇਂ ਤੁਸੀਂ ਕੁਛ ਪਿੰਡਾਂ ਦਾ ਜ਼ਿਕਰ ਕੀਤਾ ਵੀ ਉਹ ਪਿੰਡ ਜਿਹੜੇ ਆ ਉਹ ਬੇਚਰਾਗ ਹੋ ਗਿਆ, ਉਹਦਾ ਕਾਰਨ ਕੀ ਆ ਵੀ ਉੱਥੇ ਪਾਣੀ ਮੁੱਕ ਗਿਆ। ਉੱਥੇ ਜਿਹੜਾ ਉਹਨਾਂ ਦਾ ਇਹ ਰੁਜ਼ਗਾਰ ਦਾ ਹਿੱਸਾ ਸੀਗਾ ਜੰਗਲ, ਉਹ ਜਾਂਦੇ ਲੱਗੇ, ਪਹਾੜ ਰੁੰਡ ਮਰੁੰਡ ਹੋ ਗਏ ਜਿਹੜੇ ਆ, ਮੀਹਾਂ ਦਾ ਜਿਹੜਾ ਰੇਟ ਘੱਟ ਗਿਆ। ਪੰਜਾਬ ਦੇ ਵਿੱਚ ਬੜੀ ਕਿਸਮ ਦੀ ਵਾਤਾਵਰਨ ਦੀਆਂ ਜਿਹੜੀਆਂ ਇਹ ਸੰਕਟਾਂ ਦਾ ਸਾਨੂੰ ਸਾਹਮਣਾ ਕਰਨਾ ਪੈਣਾ, ਉਹਦਾ ਮੁੱਖ ਕਾਰਨ ਇਹ ਠੀਕ ਆ ਵਾਤਾਵਰਨ ਵਿਗਾੜਨੇ ਚ ਉਦਯੋਗਾਂ ਦਾ ਬਹੁਤ ਹਿੱਸਾ ਆ, ਪਰ ਪੰਜਾਬ ਚ ਤਾਂ ਉਦਯੋਗ ਬਹੁਤ ਘੱਟ ਵਾ। ਇੱਥੇ ਦੋ ਮੁੱਖ ਕਾਰਨ ਆ, ਇੱਕ ਤਾਂ ਸੋ ਕਾਲਡ ਜਿਹੜਾ ਗ੍ਰੀਨ ਰੈਵੋਲੂਸ਼ਨ, ਤੇ ਦੂਜਾ ਜਿਹੜਾ ਆ ਵਹੀਕਲਾਂ ਦਾ ਹੜ੍ਹ, ਜਿਹੜਾ ਗੱਡੀਆਂ ਮੋਟਰਾਂ ਦਾ, ਤੀਜਾ ਕੰਕਰੀਟ ਕਲਚਰ। ਇਹ ਤਿੰਨ ਮੁੱਖ ਕਾਰਕ ਆ ਵਾਤਾਵਰਨ ਵਿਗਾੜਨੇ ਵਿੱਚ। ਸੋ ਕਾਲਡ ਗ੍ਰੀਨ ਰੈਵੋਲੂਸ਼ਨ ਜ਼ਰੂਰੀ ਆ, ਪਰ ਸੋ ਕਾਲਡ ਗ੍ਰੀਨ ਰੈਵੋਲੂਸ਼ਨ ਨਹੀਂ ਹੋਣਾ ਚਾਹੀਦਾ। ਕੁਦਰਤ ਮੇਜ਼ਮੀ ਜਿਹੜੀ ਤਰੱਕੀ ਨਹੀਂ ਹੋ ਰਹੀ, ਇਹ ਸਾਰੇ ਕਾਰਨਾਂ ਨੇ ਜੁੜ ਕੇ ਜਿਹੜਾ ਪੰਜਾਬ ਦਾ ਵਾਤਾਵਰਨ ਜਿਹੜਾ ਸੰਕਟ ਦੇ ਦਰਵੇਸ਼ ਕਰ ਦਿੱਤਾ ਸਾਡੇ ਸੂਬੇ। ਵਾਟਰ ਹਾਰਵੈਸਟਿੰਗ ਨਹੀਂ ਹੋ ਰਹੀ, ਪਰ ਜਿਸ ਤਰ੍ਹਾਂ ਪਾਣੀ ਆਉਂਦਾ ਜਾਈ ਰੁੜ ਜਾਂਦਾ, ਖੂਹ ਟੋਭੇ ਕੱਸੀਆਂ ਸਭ ਹੋ ਗਏ। ਅੱਗੇ ਮਿੱਟੀ ਕੱਢਦੇ ਸੀ, ਟਿੱਲੇ ਬਣਾਉਂਦੇ ਸੀ, ਉਹਦਾ ਇੱਕ ਲੌਜਿਕ ਸੀ ਕਿ ਵਾਟਰ ਸਾਂਭਿਆ ਜਾਵੇ, ਪਾਣੀ ਸਾਂਭਿਆ ਜਾਵੇ। ਸੋ ਵਾਟਰ ਹਾਰਵੈਸਟਿੰਗ ਦੇ ਪੱਖੋਂ ਅਸੀਂ ਪਛੜ ਰਹੇ ਹਾਂ। ਦੂਸਰੇ ਪਾਸੇ ਤੁਸੀਂ ਅੱਜ ਦੇ ਆਰਟੀਕਲ 'ਚ ਵੀ ਜ਼ਿਕਰ ਕੀਤਾ ਕਿ ਇੱਕ ਸੌਫਟ ਡਰਿੰਕ ਬਣਾਉਣ ਲਈ 15 ਲੀਟਰ ਪਾਣੀ ਦੀ ਖਪਤ ਹੈ, 1 ਲੀਟਰ ਬੀਅਰ ਬਾਇਨ ਦੇ ਲਈ 25 ਲੀਟਰ ਪਾਣੀ, ਅਤੇ 1 ਯੂਨਿਟ ਮੋਟਰ ਕਾਰ ਲਈ 4 ਲੱਖ ਲੀਟਰ ਪਾਣੀ ਹੂੰਝ ਵਰਤ ਕੇ ਗੰਧਲਾ ਕਰ ਦਿੱਤਾ ਜਾਂਦਾ ਹੈ। ਇਸੇ ਦੁਆਬੇ ਤੋਂ ਮਨਭਾਗੀ ਖਬਰ ਸੀ, 2-3 ਸਾਲ ਪਹਿਲਾਂ ਇੱਕ ਪਿੰਡ, ਮੈਨੂੰ ਯਾਦ ਨਹੀਂ, ਉਸ ਪਿੰਡ 'ਚ ਲੜਾਈ ਹੋਈ, ਇੱਕ ਦੇ ਘਰੇ ਦਰਖਤ ਲੱਗਿਆ ਸੀ, ਉਹਦੇ ਪੱਤੇ ਗੁਆਂਢੀ ਦੇ ਡਿੱਗਦੇ ਸੀ, ਪੱਤਿਆਂ ਤੋਂ ਲੈ ਕੇ ਲੜਾਈ ਹੋਈ, ਤਾਂ ਉਸ ਦੌਰਾਨ ਇੱਕ ਬੰਦੇ ਨੇ ਇੱਕ ਬੰਦੇ ਦਾ ਕਤਲ ਕਰ ਦਿੱਤਾ। ਅੱਗੇ ਕਹਿੰਦੇ ਸੀ ਨਾ ਕਿ ਸਵਰਗ 'ਚ ਅਖੇ ਕੋਈ ਬੇਰੀ ਹੈ,
ਉੱਥੇ ਹਰ ਜੰਮਣ ਵਾਲੇ ਦੇ ਨਾਂ 'ਤੇ ਪੱਤਾ ਲਿਖਿਆ ਜਾਂਦਾ ਅਤੇ ਉਹਦਾ ਲੇਖਾ ਜੋਖਾ ਉਸ 'ਤੇ ਹੀ ਹੁੰਦਾ। ਇਸੇ ਕਰਕੇ ਜਦੋਂ ਮਰਦਾ ਕਹਿੰਦੇ ਇਹਦਾ ਪੱਤਾ ਕੱਟਿਆ ਗਿਆ, ਪਰ ਉਹਦੇ 'ਚ ਜਦੋਂ ਮੂਵਮੈਂਟ ਦਾ ਟਾਈਮ ਆਇਆ ਉਸ ਵਕਤ ਵੀ ਬਹੁਤ ਸਾਰੀਆਂ ਝਿੜੀਆਂ ਜੰਗਲ ਖਤਮ ਕੀਤੇ ਗਏ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਅਤੇ ਮੁੜ ਕੇ ਪੱਤੇ ਵੀ ਸਾਫ਼ ਕਰ ਦਿੱਤੇ ਗਏ। ਇਸ ਦੌਰਾਨ ਜਿਹੜਾ ਤੁਸੀਂ ਇਹ ਅੰਕੜੇ ਦਿੱਤੇ ਆ ਵਿਜੇ ਬੰਬੇਲੀ ਸਾਹਿਬ ਜੀ ਕਿ ਪਾਣੀ ਕਿੰਨਾ ਜ਼ਾਇਆ ਹੋ ਰਿਹਾ, ਝੋਨੇ ਨੇ ਪਾਣੀ ਬਰਬਾਦ ਕੀਤਾ, ਯੂਕਲਿਪਟਸ ਨੇ, ਸਫੈਦਿਆਂ ਨੇ ਪਾਣੀ ਬਰਬਾਦ ਕੀਤਾ। ਮੈਂ ਇੱਕ ਢਾਡੀ ਸਿੰਘ ਦੀ ਵਾਰ ਪੜ੍ਹ ਰਿਹਾ ਸੀ, ਢਾਡੀ ਸਿੰਘ ਸੀ ਕੋਈ, ਉਹ ਕਹਿੰਦੇ ਰਾਜੀਵ ਗਾਂਧੀ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਜਾਣ ਬੁੱਝ ਕੇ ਸਫੈਦੇ ਲਗਵਾਏ ਕਿ ਪੰਜਾਬ ਬੰਜਰ ਹੋ ਜਾਵੇ। ਕਹਾਣੀਆਂ ਇੱਦਾਂ ਦੀਆਂ ਵੀ ਬਣਾਈ ਜਾਂਦੇ ਲੋਕ, ਪਰ ਅਸਲ ਦੇ ਵਿੱਚ ਅਸੀਂ ਰੁੱਖਾਂ ਪ੍ਰਤੀ ਲਗਾਅ ਘਟਾ ਬੈਠੇ। 35-40 ਗੁਰੂ ਘਰਾਂ ਦਾ ਨਾਂ ਦਰਖਤਾਂ ਦੇ ਨਾਂ 'ਤੇ ਹੈ, ਦਰਖਤ ਪੂਜਿਆ ਜਾਂਦਾ ਹੈ, ਬਹੁਤ ਸਾਰੇ ਦਰਖਤ ਗੁਰੂ ਸਾਹਿਬਾਨ ਦੇ ਬਖਸ਼ਿਸ਼ ਵਾਲੇ ਨੇ, ਉਹਨਾਂ ਦੇ ਪੱਤੇ ਵੀ ਪੂਜੇ ਜਾਂਦੇ ਆ, ਪਰ ਲੋਕ ਰੁੰਡ ਮੁੰਡ ਕਰ ਜਾਂਦੇ ਆ। ਖੇਤਰਪਾਲ ਜਿਹੜਾ ਹੈਗਾ ਦੇਵਤਾ ਦੇ ਰੂਪ ਦੇ ਵਿੱਚ ਪੂਜਿਆ ਜਾਂਦਾ, ਖੇਤਾਂ ਦਾ ਦੇਵਤਾ ਜੰਡ ਜਿਹੜਾ ਹਰਿਆਣੇ ਦਾ ਰਾਜ ਰੁੱਖ ਹੈ, ਪਰ ਲੋਕਾਂ ਨੇ ਤੇਲ ਪਾ ਪਾ ਕੇ ਜੰਡ ਜਿਹੜੇ ਨੇ ਖਤਮ ਕਰ ਦਿੱਤੇ ਨੇ। ਉਹ ਦੇਖੋ ਹਰਿਆਣੇ ਦਾ ਜਿਹੜਾ ਰਾਜ ਰੁੱਖ ਹੈ ਸਟੇਟ ਟ੍ਰੀ ਉਹ ਜੰਡ ਹੈ, ਪੰਜਾਬ ਦਾ ਰਾਜ ਰੁੱਖ ਟਾਹਲੀ ਹੈ। ਬਦਕਿਸਮਤੀ ਹੈ ਕਿ ਨਾ ਸਾਡੇ ਟਾਹਲੀ ਹੈ ਨਾ ਉੱਥੇ ਜੰਡ ਹੈ। ਇੱਕ ਉਹ ਬੋਲੀ ਚੇਤੇ ਆਉਂਦੀ ਹੈ ਕਿ ਅੰਬ ਕੋਲ ਇਮਲੀ ਅਤੇ ਜੰਡ ਕੋਲ ਟਾਹਲੀ, ਅਕਲ ਬਿਨਾਂ ਗੋਰਾ ਰੰਗ ਜਾਏ ਖਾਲੀ। ਗੋਰਾ ਰੰਗ ਤਾਂ ਸਾਡੇ ਕੋਲ ਜ਼ਰੂਰ ਆ, ਪਰ ਬਿਨਾਂ ਅਕਲੋਂ ਖਾਲੀ ਜਾ ਰਿਹਾ। ਰਾਜ ਰੁੱਖ ਸਾਡੇ ਅਸੀਂ ਚਿੰਨਤ ਕਰ ਲਏ ਨੇ, ਪਰ ਨਾ ਸਾਡੇ ਜੰਡ ਨੇ ਨਾ ਸਾਡੇ ਟਾਹਲੀਆਂ ਨੇ। ਜੀ ਸਾਡੇ ਤਾਂ ਇਹ ਵਿਰਾਸਤ ਇਹ ਆ ਵੀ ਅਸੀਂ ਸਾਡੇ ਜਿਹੜੇ ਪੁਰਖ ਆ ਉਹ ਦਰਖਤਾਂ ਨੂੰ ਮੌਲੀਆਂ ਬੰਨਦੇ ਸੀ, ਵਗਦੇ ਪਾਣੀਆਂ ਦੇ ਕੰਢੇ ਤੇ, ਖੂਹਾਂ ਕੰਢੇ ਤੇ ਉਹ ਦੀਵੇ ਜਗਾਉਂਦੇ ਸੀ। ਇਹਦੇ ਬਹੁਤ ਡੂੰਘੇ ਅਰਥ ਆ, ਦਰਖਤਾਂ ਨੂੰ ਮੌਲੀਆਂ ਤੇ ਪਾਣੀਆਂ ਕੰਢੇ ਦੀਵੇ। ਅੱਜ ਹੈ ਕੀ, ਦਰਖਤਾਂ ਨੂੰ ਮੌਲੀਆਂ ਨਹੀਂ ਹੁਣ ਬੰਨੀਆਂ ਜਾਂਦੀਆਂ, ਦਰਖਤਾਂ ਨੂੰ ਵੱਢ ਟੁੱਕ ਦਿੱਤਾ ਜਾਂਦਾ ਆ। ਇੱਕ ਮਨੁੱਖ ਨੂੰ ਆਕਸੀਜਨ ਜਿਹੜੀ ਸਾਡੇ ਜਿਹਦੇ ਬਿਨਾਂ ਬੰਦਾ ਜਿੰਦਾ ਨਹੀਂ ਰਹਿ ਸਕਦਾ, ਇੱਕ ਮਨੁੱਖ ਨੂੰ 16 ਦਰਖਤਾਂ ਦੀ ਪੈਦਾ ਕੀਤੀ ਹੋਈ ਜਿਹੜੀ ਆਕਸੀਜਨ ਆ ਉਹਦੀ ਤਾ ਉਮਰ ਲੋੜ ਪੈਂਦੀ। ਇਹਦਾ ਮਤਲਬ ਸਿੱਧਾ ਜਿਹਾ ਅਰਥ ਇਹ ਆ ਵੀ ਸਾਡਾ ਇਹ ਫਰਜ਼ ਬਣਦਾ ਵੀ ਹਰੇਕ ਬੰਦਾ ਘੱਟੋ ਘੱਟ 16 ਦਰਖਤ ਲਵੇ ਫੋਰ ਐਵਰ, ਜ਼ਰੂਰੀ ਨਹੀਂ ਉਹਨੂੰ ਆਪਣੇ ਘਰ ਜਾਂ ਆਪਣੇ ਖੇਤਾਂ 'ਚ ਲਾਉਣੇ ਆ ਕਿਤੇ ਵੀ। ਇਹ ਸਾਡਾ ਇੱਕ ਮੌਲਿਕ ਜਿਹੜਾ ਫਰਜ਼ ਆ, ਕਿਉਂਕਿ ਸਾਨੂੰ ਤਾ ਉਮਰ 19 ਆਕਸੀਜਨ ਦੀ ਲੋੜ ਆ ਜਿਹੜੀ 16 ਭਰਪੂਰ ਦਰਖਤਾਂ ਵੱਲੋਂ ਪੈਦਾ ਕੀਤੀ ਜਾਂਦੀ ਹੈ। ਦੂਜੀ ਗੱਲ ਕੀ ਆ ਵੀ ਸਾਡਾ ਜਿਹੜਾ ਸਰੀਰ ਆ ਇਹਦੇ 3 ਹਿੱਸੇ ਪਾਣੀ ਆ, ਜਿਹੜਾ ਚੌਥਾ ਹਿੱਸਾ ਹੈ ਉਹ ਮਿੰਝੋਂ ਆ ਜਿਹਨੂੰ ਤੁਸੀਂ ਹੱਡੀਆਂ ਕਹਿ ਸਕਦੇ ਜਾਂ ਹੋਰ ਜਿਹੜਾ ਰਾ ਮਟੀਰੀਅਲ ਆ। ਇਹਦਾ ਮਤਲਬ ਸਾਨੂੰ ਬਹੁਤ ਵੱਡੀ ਪੱਧਰ ਤੇ ਪਾਣੀ ਦੀ ਲੋੜ ਆ, ਸਾਨੂੰ ਇਹਦੀ ਰਖਵਾਲੀ ਜਿਹੜੀ ਆ ਉਹ ਕਰਨੀ ਪੈਣੀ ਆ, ਸ਼ੁੱਧਤਾ ਪੱਖੋਂ ਵੀ ਤੇ ਮਕਦਾਰ ਪੱਖੋਂ ਵੀ। ਅਸੀਂ ਇਸ ਗੱਲ ਨੂੰ ਵੀ ਜਿਹੜਾ ਉਹ ਵਿਸਾਰੀ ਬੈਠੇ ਹਾਂ। ਬਾਕੀ ਗੱਲਾਂ ਤੁਸੀਂ ਮੇਰੇ ਤੋਂ ਪਹਿਲਾਂ ਦਰਖਤਾਂ ਦੀ ਇੰਪੋਰਟੈਂਸ ਬਾਰੇ ਕਰੇ ਦਿੱਤੀਆਂ। ਵੈਸੇ ਵੀ ਧਰਤੀ ਦਾ ਜੇ ਅਸੀਂ ਸਾਮੀ ਜ਼ਿੰਦਗੀ ਜਿਉਣੀ ਆ, ਵਾਤਾਵਰਨ ਪੱਖੋਂ ਅਸੀਂ ਸਾਮੀ ਜ਼ਿੰਦਗੀ ਜਾਣੀ ਆ, ਤਾਂ ਤੀਜਾ ਹਿੱਸਾ ਜਾਣੀ 33% ਦਰਖਤ ਹੋਣੇ ਚਾਹੀਦੇ ਆ। ਕੁੱਲ ਧਰਤੀ ਦੇ ਜਿਹੜਾ ਬ੍ਰਿਸ਼ ਕਵਰ ਆ ਉਹ 33% ਹੋਣਾ ਚਾਹੀਦਾ, ਪਰ ਪੰਜਾਬ ਦੇ ਵਿੱਚ 6-7% ਆ। ਇੱਥੋਂ ਤੁਸੀਂ ਦੇਖ ਲਓ ਵੀ ਅਸੀਂ ਇਸ ਪੱਖੋਂ ਕਿੰਨੇ ਪਛੜਿਓ ਹਾਂ ਤੇ ਕਿੰਨੇ ਪਿੱਛੇ ਆ, ਤੇ ਉਹਦੇ ਸਾਨੂੰ ਕਿੰਨੇ ਭਿਆਨਕ ਜਿਹੜੇ ਸੱਟੇ ਉਹ ਭੁਗਤਣੇ ਪੈਣਗੇ। ਕਿਉਂਕਿ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ, ਮਾਰੂ ਗੈਸਾਂ ਨੂੰ ਖਤਮ ਕਰਨ ਦੇ ਲਈ ਤੇ ਮੀਂਹ ਭਰਾਉਣ ਦੇ ਵਿੱਚ ਦਰਖਤਾਂ ਦਾ ਬਹੁਤ ਵੱਡਾ ਰੋਲ ਆ। ਸਿਰਫ ਮੀਂਹ ਭਰਾਉਣ ਦੇ ਵਿੱਚ ਨਹੀਂ, ਟਵਾਣਾ ਸਾਹਿਬ ਇੱਕ ਸੈਕਿੰਡ, ਮੀਂਹ ਭਰਾਉਣ ਦੇ ਵਿੱਚ ਨਹੀਂ, ਮੀਹਾਂ ਦੇ ਪਾਣੀ ਨੂੰ ਧਰਤੀ ਦੇ ਵਿੱਚ ਰੀਚਾਰਜ ਕਰਨ ਲਈ, ਇੰਜੈਕਟ ਕਰਨ ਦੇ ਲਈ ਵੀ ਜਿਹੜਾ ਆ ਦਰਖਤਾਂ ਦਾ ਬਹੁਤ ਵੱਡਾ ਰੋਲ ਆ। 1 ਸਕੁਅਰ ਕਿਲੋਮੀਟਰ ਜਿਹੜਾ ਜੰਗਲ ਆ ਉਹ 50 ਲੱਖ ਲੀਟਰ ਪਾਣੀ ਨੂੰ ਬਰਸਾਤਾਂ ਦੇ ਸੀਜ਼ਨ ਦੇ ਦੌਰਾਨ ਧਰਤੀ ਦੇ ਵਿੱਚ ਭੇਜ ਦਿੰਦਾ ਹੈ। ਇਹ ਦੇਖ ਲਓ ਕਿੰਨੀ ਵੱਡੀ ਮਹੱਤਤਾ ਹੈ। ਓਕੇ, ਤੇ ਜਿਸ ਤਰ੍ਹਾਂ ਰਵਾਇਤੀ ਰੁੱਖ ਸੀਗੇ, ਅੰਬ ਢੱਕ ਤੇ ਕਰੀਰ ਜੰਡ ਬੇਰੀਆਂ ਮਰਗੀ ਨੂੰ ਰੁੱਖ ਰੋਣਗੇ, ਉਹ ਰਵਾਇਤੀ ਰੁੱਖ ਦੀ ਹਰਬਲ ਵੈਲਿਊ ਵੀ ਸੀ, ਉਹ ਇਕੋਸਿਸਟਮ ਦੇ ਵੀ ਸੂਟੇਬਲ ਸੀ। ਪਰ ਕੁਝ ਰੁੱਖ ਦੇਖੋ, ਅਸ਼ੋਕਾ ਆ, ਅਸ਼ੋਕ ਵਾਟਿਕਾ 'ਚ ਵੀ ਉਸਦਾ ਜ਼ਿਕਰ ਆਉਂਦਾ ਹੈ, ਉਹਦੀ ਹਰਬਲ ਵੈਲਿਊ ਵੀ ਹੈਗੀ, ਪਰ ਕਈ ਰੁੱਖ ਸਾਡੇ ਇਲਾਕੇ ਮੁਤਾਬਕ ਸੂਟੇਬਲ ਨਹੀਂ, ਅਸੀਂ ਉਹ ਡੈਕੋਰੇਸ਼ਨ ਲਈ ਲਾ ਰਹੇ ਹਾਂ। ਉਹਨਾਂ ਅਸ਼ੋਕਾ 'ਤੇ ਕੋਈ ਆਲਣਾ ਨਹੀਂ ਪੈਂਦਾ ਵੇਖਿਆ, ਅਤੇ ਉਸ ਅਸ਼ੋਕਾ ਦੀ ਕੋਈ ਬਹੁਤੀ ਵੈਲਿਊ ਨਹੀਂ, ਪਰ ਉਹ ਸਜਾਵਟੀ ਰੁੱਖ ਨੇ। ਇਸ ਤਰ੍ਹਾਂ ਪਾਮ ਲਾ ਰਹੇ ਨੇ ਲੋਕ, ਹੋਰ ਤੇ ਹੋਰ ਤੁਸੀਂ ਵੇਖੋ ਖਜੂਰ। ਮੇਰੇ ਆਪਣੇ ਦੋਸਤ ਨੇ, ਪੱਤਰਕਾਰ ਵੀ ਨੇ, ਘੁਣਤਰੀ ਜਗਸੀਰ ਸੰਧੂ,
ਉਹ ਪਰਸੋਂ ਹੱਸਣ ਲੱਗ ਪਿਆ, ਅੱਜ ਕੱਲ੍ਹ ਟ੍ਰੈਂਡ ਹੋ ਗਿਆ ਖਜੂਰਾਂ ਲਾਉਣ ਦਾ, 20-20 30,000 ਦੀ ਇੱਕ ਇੱਕ ਖਜੂਰ ਲੋਕੀ ਮਦਰਾਸ ਤੋਂ ਜਾਂ ਹੋਰ ਸੂਬਿਆਂ ਤੋਂ ਖਰੀਦ ਕੇ ਲਿਆ ਕੇ ਬਹੁਤ ਸਾਰੇ ਬਾਬੇ ਲਾ ਰਹੇ ਨੇ ਡੈਕੋਰੇਸ਼ਨ ਵਾਸਤੇ। ਉਹ ਖਜੂਰਾਂ ਤਾਂ ਆਪੇ ਹੀ ਪੰਜਾਬ ਤੋਂ ਹੋ ਜਾਣੀਆਂ ਨੇ, ਜਿੱਥੇ ਬੇਆਬਾਦ ਹੋਊਗਾ ਸਾਰਾ ਕੁਝ ਖਜੂਰਾਂ ਹੀ ਹੋ ਜਾਣੀਆਂ, ਡੈਕੋਰੇਸ਼ਨ ਦੀ ਗੱਲ ਨਹੀਂ। ਜਿਹੜਾ ਇਹ ਵਿਜੇ ਬੰਬੇਲੀ ਸਾਹਿਬ, ਜਿਹੜੇ ਕੁਦਰਤੀ ਰੁੱਖ ਸੀ, ਕੁਝ ਨਰਸਰੀਆਂ ਉਹਨਾਂ ਲਈ ਕੰਮ ਕਰਦੀਆਂ ਨੇ ਜਿਹੜੇ ਖਿੱਤੇ ਦੀ ਲੋੜ ਮੁਤਾਬਕ ਨੇ, ਉਹ ਰੁੱਖਾਂ ਦਾ ਖਤਮ ਹੋਣਾ ਅਤੇ ਸਜਾਵਟੀ ਰੁੱਖਾਂ ਦਾ ਲੱਗਣਾ, ਇਹ ਛੇੜਛਾੜ ਵਾਤਾਵਰਨ ਨਾਲ ਧੱਕਾ ਹੈ ਜਾਂ ਉਹ ਗ੍ਰੀਨਰੀ ਪੱਖੋਂ ਠੀਕ ਹੈ ਜੀ? ਕੁਦਰਤ ਨੇ ਉਸ ਇਲਾਕੇ ਦੀ ਭੂਗੋਲਿਕ ਸਥਿਤੀਆਂ ਦੇ ਮੁਤਾਬਕ, ਉੱਥੇ ਦੇ ਪੌਣ ਪਾਣੀ ਦੇ ਮੁਤਾਬਕ ਜਿਹੜੇ ਬਨਸਪਤੀ ਪੈਦਾ ਕੀਤੀ, ਉਹਨਾਂ ਨੂੰ ਅਸੀਂ ਟ੍ਰੈਡੀਸ਼ਨਲ ਜਾਂ ਰਵਾਇਤੀ ਦਰਖਤ ਕਹਿੰਦੇ ਹਾਂ। ਉਹਨਾਂ ਦਾ ਬਹੁਤ ਵੱਡਾ, ਜਾਣੀ ਸਾਡੇ ਜੀਵਨ ਜਾਚ 'ਚ ਬਹੁਤ ਵੱਡਾ ਰੋਲ ਵਾ। ਜਿਹੜੇ ਸਜਾਵਟੀ ਰੁੱਖ ਆ ਰਹੇ ਹੈ, ਜਿੱਦਾਂ ਤੁਸੀਂ ਸਫੈਦੇ ਦਾ, ਚਲੋ ਕਮਰਸ਼ੀਅਲ ਦਾ ਰੁੱਖ ਹੈਗਾ ਸਫੈਦਾ ਵਗੈਰਾ, ਜਾਂ ਜਿਹੜੇ ਸਜਾਵਟੀ ਰੁੱਖ ਆ ਰਹੇ ਆ, ਜਾਂ ਜਿਹੜਾ ਖਜੂਰ ਕਲਚਰ ਆ ਰਿਹਾ, ਇਹ ਸਾਡੇ ਪੰਜਾਬ ਪੱਖੀ ਨਹੀਂ, ਇਹ ਸਾਡੇ ਵਾਤਾਵਰਨ ਪੱਖੀ ਨਹੀਂ। ਵਾਤਾਵਰਨ ਦੇ ਪੱਖ ਤੇ ਉਹੀ ਦਰਖਤ ਵਾ ਜਿਹੜੇ ਕਿ ਕੁਦਰਤ ਨੇ ਉਸ ਇਲਾਕੇ ਦੀ ਤਸੀਰ ਮੁਤਾਬਕ ਉੱਥੇ ਪੈਦਾ ਕੀਤੇ। ਬਿਲਕੁਲ। ਅੱਛਾ, ਫਿਰ ਇੱਕ ਸਵਾਲ ਇਹ ਪੈਦਾ ਹੋ ਜਾਂਦਾ ਵੀ ਸਾਡਾ ਜਿਹੜਾ ਆ ਇਹ ਪੰਜਾਬ ਖੇਤੀ ਪ੍ਰਧਾਨ ਸੂਬਾ ਆ, ਉਹ ਦਰਖਤ ਇੰਨੇ ਨਹੀਂ ਲਾਏ ਜਾ ਸਕਦੇ, ਵੀ ਤੀਜਾ ਹਿੱਸਾ ਕਵਰ ਜਿਹੜਾ ਉਹ ਨਹੀਂ ਡਿਵੈਲਪ ਕੀਤਾ ਜਾ ਸਕਦਾ। ਪਰ ਮੇਰਾ ਇਹ ਪੱਕਾ ਯਕੀਨ ਵਾ, ਮੈਂ ਉਹ ਇਹ ਦਾਅਵੇ ਨਾਲ ਕਹਿ ਸਕਦਾ ਕਿ ਅਸੀਂ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਖੇਤਾਂ ਵਿੱਚ ਦਰਖਤ ਨਾ ਲਾਉਣ ਦੀਆਂ ਹਾਲਤਾਂ ਦੇ ਬਾਵਜੂਦ ਵੀ ਤੀਆ ਹਿੱਸਾ ਕਵਰ ਕਰ ਸਕਦੇ ਹਾਂ। ਉਹਦੇ ਲਈ ਸਾਡੇ ਕੋਲ ਸਾਗਰ ਇਲਾਕਾ, ਕੰਢੀ ਦਾ ਇਲਾਕਾ ਹੈਗਾ ਆ, ਲੋਅਰ ਸ਼ਿਵਾਲਕ ਹੈਗੀ ਆ, ਰੇਲਵੇ ਟਰੈਕ ਵਾ, ਸੜਕਾਂ ਆ, ਟੋਭੇ ਆ, ਸ਼ਮਸ਼ਾਨ ਘਾਟ ਵਾ, ਕਬਰਾਂ ਆ, ਸਕੂਲ ਵਾ, ਹੋਰ ਵੀ ਵਿਹਲੇ ਥਾਂ ਆ। ਜੇ ਅਸੀਂ ਉਹਨਾਂ ਸਾਰਿਆਂ ਨੂੰ ਦਰਖਤਾਂ ਦੇ ਨਾਲ ਸਰਸਬਜ਼ ਕਰ ਦਈਏ, ਤਾਂ ਜੇ ਅਸੀਂ ਤੀਆ ਹਿੱਸਾ ਨਹੀਂ ਤਾਂ ਘੱਟੋ ਘੱਟ ਚੌਥਾ ਹਿੱਸਾ ਜ਼ਰੂਰ ਪੰਜਾਬ ਜਿਹੜਾ ਆ ਉਹ ਹਰਿਆਲੀ ਪੱਖੋਂ ਕਵਰ ਹੋ ਸਕਦਾ। ਜਿਹੜੇ ਖੇਤ ਵਾ ਉਹ ਫਲਾਂ ਦੇ ਲਈ ਵਿਹਲੇ ਰਹਿਣ, ਪਰ ਫਿਰ ਵੀ ਅਸੀਂ ਆਪਣੇ ਟਿਊਬਵੈੱਲਾਂ 'ਤੇ, ਆਪਣੇ ਹਲਟਾਂ 'ਤੇ, ਆਪਣੇ ਕਿਸੇ ਕੋਰਨਰ 'ਤੇ ਜਿੱਥੇ ਜਾਣੀ ਫਸਲ ਨੂੰ ਨਹੀਂ ਨੁਕਸਾਨ ਪਹੁੰਚਾਉਣੇ, ਉੱਥੇ ਦਰਖਤ ਲਾ ਸਕਦੇ ਹਾਂ। ਪਰ ਅਸੀਂ ਤਾਂ ਇਹ ਸਾਰੀ ਗੱਲ ਤੋਂ ਬਿਲਕੁਲ ਹੀ ਭਗੌੜੇ ਹੋ ਗਏ ਹਾਂ, ਉਹਦਾ ਸਾਨੂੰ ਜਿਹੜਾ ਬੜਾ ਖਮਿਆਜਾ ਉਹ ਭੁਗਤਣਾ ਪੈਣਾ। ਜਿਵੇਂ ਟ੍ਰੈਂਡ ਹੋ ਗਿਆ ਵਿਜੇ ਬੰਬੋਲੀ ਸਾਹਿਬ, ਤੁਹਾਡੇ ਟੈਰਸ ਗਾਰਡਨ ਬਣ ਜਾਂਦੇ ਨੇ, ਟੈਰਸ 'ਤੇ ਤੁਹਾਡਾ ਜਿਹੜਾ ਕਿਚਨ ਗਾਰਡਨ ਬਣ ਜਾਂਦਾ, ਟੈਰਸ 'ਤੇ ਸਬਜ਼ੀਆਂ ਉੱਗਦੀਆਂ ਨੇ, ਤੁਹਾਡਾ ਟੈਂਪਰੇਚਰ ਵੀ ਮੇਨਟੇਨ ਹੁੰਦਾ ਹੈ, ਘਰਾਂ ਦੀਆਂ ਛੱਤਾਂ 'ਤੇ ਵੇਲਾਂ ਚੜ੍ਹਾਈਆਂ ਜਾ ਸਕਦੀਆਂ ਨੇ, ਪਰ ਅਸੀਂ ਉਸ ਚੀਜ਼ ਦੀ ਹੈਡਕ ਨਹੀਂ ਲੈਣਾ ਚਾਹੁੰਦੇ। ਅਸੀਂ ਕਹਿੰਦੇ ਨਾ ਨਾ ਨਾ, ਪੱਤੇ ਨਾ ਡਿੱਗਣ, ਆਕਸੀਜਨ ਲਈ ਕਿੰਨੀ ਮਾਰਾ ਮਾਰੀ ਹੋਈ ਹੈ ਇਸ ਵਾਰੀ ਕਰੋਨਾ 'ਚ, ਚੀਕਾਂ ਨਿਕਲ ਗਈਆਂ ਪਰ ਸੁਧਰੇ ਅਸੀਂ ਫੇਰ ਨਹੀਂ। ਕਿਤੇ ਕੋਈ ਦਰਖਤ ਲੱਗਿਆ ਹੁੰਦਾ, ਅਕਲਾ ਕਹਿੰਦਾ ਪੱਤੇ ਡਿੱਗਦੇ ਆ, ਪੰਛੀ ਬਿੱਠਾਂ ਕਰਦੇ ਆ, ਲੋਕਾਂ ਨੇ ਬਨੇਰਿਆਂ 'ਤੇ ਪਲਾਸਟਿਕ ਦੀਆਂ ਕਿੱਲੀਆਂ ਲਵਾ ਲਈਆਂ ਤਾਂ ਜੋ ਪੰਛੀ ਨਾ ਬੈਠਣ, ਵੀ ਉਹ ਬਿੱਠਾਂ ਕਰਦੇ ਆ, ਕੀ ਕਰੋਗੇ ਲੋਕਾਂ ਦਾ? ਇੱਕ ਸਥਿਤੀ ਹੈ ਇਸ ਵਕਤ ਵੀ, ਵਿਜੇ ਬੰਬੇਲੀ ਸਾਹਿਬ ਨਾਲ ਗੱਲਬਾਤ ਹੋ ਰਹੀ ਹੈ, ਵਾਤਾਵਰਨ ਦਿਵਸ 'ਤੇ ਵੀ ਭਗਵੰਤ ਮਾਨ ਦੇ ਜਿਹੜੇ ਨੇ CM ਪੰਜਾਬ ਦੇ ਐਡਵਰਟਾਈਜ਼ ਬਹੁਤ ਆ ਗਈ ਹੈ ਵੱਖ ਵੱਖ ਅਖਬਾਰਾਂ 'ਚ, ਪਹਿਲਾਂ ਵੀ ਬਹੁਤ ਇਸ ਤਰ੍ਹਾਂ ਆਉਂਦੀ ਰਹੀ ਹੈ, ਜਿੰਨੇ ਜੰਗਲ ਲਾਏ ਜਾਣ ਦਾ ਦਾਅਵਾ ਕੀਤਾ, ਜੇ ਇੰਨੇ ਲੱਗੇ ਹੁੰਦੇ ਤਾਂ ਮੇਰੇ ਖਿਆਲ ਸਾਰਾ ਪੰਜਾਬ ਹੀ ਜੰਗਲ ਬਣ ਜਾਣਾ ਸੀ। ਇਸ ਸੰਬੰਧੀ ਕੁਛ ਅੰਕੜੇ ਨੇ ਕਿ 2022-23-24 ਦੇ ਵਿੱਚ ਪੰਜਾਬ ਸਰਕਾਰ ਨੇ 1,26,00,000 ਪੌਦੇ ਲਾਉਣ ਦਾ ਟੀਚਾ ਰੱਖਿਆ, 2024-25 ਦੇ ਵਿੱਚ 1,74,00,000 ਬੂਟੇ ਲਾਏ ਜਾਣ ਦਾ ਟੀਚਾ ਰੱਖਿਆ। ਬੂਟੇ ਲੱਗ ਜਾਂਦੇ ਨੇ ਪਰ ਉਹ ਜਿਵੇਂ ਕਹਿੰਦੇ ਆ ਕਿ ਸਰਪੰਚ ਨੇ ਬੂਟਾ ਲਾਇਆ ਅਤੇ ਬੂਟੇ ਨੂੰ ਬੱਕਰਾ ਖਾ ਗਿਆ ਅਤੇ ਬੱਕਰੇ ਨੂੰ ਸਰਪੰਚ ਖਾ ਗਿਆ, ਕਰ ਲਓ ਵਾਤਾਵਰਨ ਦਾ ਦਿਨ ਮਨਾ ਲਓ। ਸੋ ਇਸ ਸੰਬੰਧੀ ਕੁਛ ਦਾਅਵੇ ਅਖਬਾਰੀ ਰਿਪੋਰਟਾਂ 'ਚ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ 2023 ਦੇ ਵਿੱਚ ਇਹ 37% ਗ੍ਰੀਨ ਕਵਰ ਵਧੇਗਾ ਅਤੇ 2 ਸਾਲ ਦੇ ਵਿੱਚ ਇਹ ਲਗਾਏ ਜਾਣਗੇ 3 ਕਰੋੜ ਪੌਦੇ। ਇਹ ਸਿਰਫ ਅਖਬਾਰੀ ਦਾਅਵੇ ਅਤੇ ਵਾਅਦੇ ਨੇ, ਜ਼ਮੀਨੀ ਹਕੀਕਤਾਂ ਜਿਸ ਤਰ੍ਹਾਂ ਤੁਸੀਂ ਭੂਮੀ ਜਲ ਰੱਖਿਆ ਵਿਭਾਗ ਦੇ ਵਿੱਚ ਰਹੇ ਹੋ, ਜ਼ਮੀਨੀ ਹਕੀਕਤਾਂ ਕੀ ਨੇ ਵਿਜੇ ਸਾਹਿਬ? ਜ਼ਮੀਨੀ ਹਕੂਮ ਜਿਹੜੀਆਂ ਹਕੀਕਤਾਂ ਆ ਇਹਨਾਂ ਦਾਅਵਿਆਂ ਦੇ ਬਿਲਕੁਲ ਉਲਟ ਵਾ। ਸਾਡੇ ਕੀ ਟ੍ਰੈਂਡ ਵਾ, ਇੱਕ ਬੂਟਾ ਤੇ 20 ਜਣੇ ਕੋਲ ਖੜ ਕੇ ਫੋਟੋ ਖਿਚਾਉਂਦੇ ਆ, ਇੱਕ ਬੂਟਾ ਲਾਉਣ ਲਈ 20 ਜਣੇ ਫੋਟੋ ਖਿਚਾ ਲੈਂਦੇ ਆ, ਪਰ ਬੂਟੇ ਨੂੰ ਸਿਰੇ ਚੜਾਉਣ ਦੇ ਲਈ ਉਹਨਾਂ ਬੀਹਾਂ ਚੋਂ ਇੱਕ ਬੰਦਾ ਵੀ ਕੋਸ਼ਿਸ਼ ਨਹੀਂ ਕਰਦਾ। ਬੂਟਾ ਲਾਉਣਾ ਆਪਣੀ ਥਾਂ ਆ, ਪਰ ਬੂਟੇ ਨੂੰ ਸਿਰੇ ਚੜਾਉਣ ਦੇ ਲਈ ਉਹਦੀ ਰੱਖਿਆ ਕਰਨੀ,
ਉਹਨੂੰ ਡਿਵੈਲਪ ਹੋਣ ਵੇਲੇ ਤੱਕ ਉਹਦਾ ਸਾਥ ਨਿਭਾਉਣਾ, ਉਹਦੀਆਂ ਲੋੜਾਂ ਉਹਦੇ ਲਈ ਪੈਦਾ ਕਰਕੇ ਦੇਣੀਆਂ, ਇਹ ਅਸੀਂ ਨਹੀਂ ਕਰਦੇ। ਇਸ ਕਰਕੇ ਕਾਗਜ਼ਾਂ 'ਚ ਜਾਂ ਹਕੀਕਤ ਦੇ ਤੌਰ 'ਤੇ ਵੀ ਦਰਖਤ ਲਾ ਲਓ, ਜੇ ਅਸੀਂ ਉਹਨਾਂ ਨੂੰ ਸਾਂਭਿਆ ਹੀ ਨਾ, ਉਹਨਾਂ ਨੂੰ ਸਾਂਭਿਆ ਸਲੂਟਿਆ ਨਾ, ਉਹਦਾ ਕੋਈ ਫਾਇਦਾ ਨਹੀਂ। ਪਰ ਮੈਨੂੰ ਐਂ ਲੱਗਦਾ ਰਹਿੰਦਾ ਵੀ ਸਾਨੂੰ ਬੂਟੇ ਖੁਦ ਲਾਉਣ ਦੀ ਲੋੜ ਨਹੀਂ, ਕੁਦਰਤ ਹੀ ਆਪਣੇ ਆਪੇ ਬੂਟੇ ਜਿਹੜੀ ਆ ਉਹ ਪੈਦਾ ਕਰ ਦਿੰਦੇ ਆ, ਸਾਨੂੰ ਉਹਦੀ ਰੱਖਿਆ ਕਰਨ ਦੀ ਲੋੜ ਆ, ਜਿਹੜੇ ਸਾਂਝੀਆਂ ਥਾਂ ਤੇ ਨੇਚਰ ਆਪਣੇ ਆਪ ਪੈਦਾ ਕਰਦੀ ਆ। ਮੈਂ ਤੁਹਾਨੂੰ ਇੱਕ ਚਾਈਨਾ ਦੇ ਉਦਾਹਰਣ ਦਿੰਦਾ, ਚੀਨ ਵਾਲੇ ਜਿਹੜੇ ਆ ਉਹ ਦਰਖਤ ਆਪ ਨਹੀਂ ਲਾਉਂਦੇ, ਉਹ ਕੀ ਕਰਦੇ ਆ, ਜਿਹੜੇ ਉਹਨਾਂ ਦੇ ਬੈਰਨ ਇਲਾਕੇ ਪਏ ਆ, ਜਾਂ ਤੁਸੀਂ ਮਿਸਾਲ ਆਪਣੇ ਕੰਢੀ ਇਲਾਕੇ ਦੀ ਲੈ ਲਓ, ਲੋਅਰ ਸ਼ਿਵਾਲਿਕ ਦੀ ਲੈ ਲਓ, ਉਹ ਇੱਕ ਏਰੀਏ ਨੂੰ ਬਿਲਕੁਲ ਬਲੋਕ ਕਰ ਦਿੰਦੇ ਆ ਵੀ ਇੱਥੇ ਮਨੁੱਖ ਨੇ ਦਾਖਲ ਨਹੀਂ ਹੋਣਾ, ਈਵਨ ਕਿ ਜੰਗਲਾਤ ਵਿਭਾਗ ਵਿੱਚ ਨਹੀਂ ਆਊਗਾ। 10 ਸਾਲ ਉਹਨੂੰ ਬਿਲਕੁਲ ਉੱਥੇ ਨਾ ਜਾਨਵਰ ਜਾਣਗੇ, ਪਾਲਤੂ ਜਾਨਵਰਾਂ ਤੋਂ ਭਾਵ ਉੱਥੇ ਪਾਲਤੂ ਜਾਨਵਰ ਨਹੀਂ ਜਾਣਗੇ, ਉੱਥੇ ਮਨੁੱਖ ਨਹੀਂ ਜਾਣਗੇ। ਮਨੁੱਖ ਤੋਂ ਭਾਵ ਉਹਨਾਂ ਦੇ ਆ ਵੀ ਉੱਥੇ ਫੋਰੈਸਟ ਮਹਿਕਮਾ ਵੀ ਐਂਟਰ ਨਹੀਂ ਆਊਗਾ। ਉਹ 10 ਸਾਲਾਂ ਦੇ ਵਿੱਚ ਕੁਦਰਤ ਇਹੋ ਜਿਹਾ ਰੰਗ ਵਿਖੇਰਦੀ ਆ ਵੀ ਉਹ ਘਰੇ ਜੰਗਲ ਦਾ ਰੂਪ ਅਖਤਿਆਰ ਕਰ ਜਾਂਦੀ ਹੈ। ਫਿਰ ਇੱਕ ਜੰਗਲ ਦੀ ਪਰਿਭਾਸ਼ਾ ਵੀ, ਜੰਗਲ ਦੀ ਪਰਿਭਾਸ਼ਾ 'ਚ ਘਾਹ ਤੋਂ ਲੈ ਕੇ ਵਿਸ਼ਾਲ ਦਰਖਤ ਤਾਈ, ਜੇ ਬਹੁ ਪਰਤੀ ਦਰਖਤ ਆ, ਬਹੁ ਭਾਂਤੀ ਵੈਜੀਟੇਸ਼ਨ ਆ, ਉਹਨੂੰ ਜੰਗਲ ਕਿਹਾ ਜਾਂਦਾ। ਪੰਜਾਬ ਚੋਂ ਜਿਹੜੇ ਆ ਨਦਾਰ ਦੁਆ ਉਹ ਜਿਹਾ ਜੰਗਲ ਬਿਲਕੁਲ ਹੈ ਨਹੀਂ। ਸਾਨੂੰ ਚੀਨ ਦੇ ਜਿਹੜੇ ਆ ਪ੍ਰੈਕਟਿਸ ਆ ਉਹਦੇ ਚੋਂ ਸਬਕ ਸਿੱਖਣਾ ਪੈਣਾ। ਸਾਨੂੰ ਕੁਛ ਕਲਸਟਰ ਜਿਹੜੇ ਆ ਉਹ ਕੁਛ ਕੁਛ ਸਾਲਾਂ ਦੇ ਜਿਹੜੇ ਆ ਉਹ 10 ਸਾਲ ਦੇ ਬਲੋਕ ਕਰਦੇ, ਬਲੋਕ ਕਰ ਦੇਣੇ ਚਾਹੀਦੇ ਆ। ਉਹ ਫਿਰ ਕਲਸਟਰ ਖੁੱਲ ਜਾਵੇ, ਫਿਰ ਅਗਲਾ ਕੋਈ ਖਿੱਤਾ ਜਿਹੜਾ ਬਲੋਕ ਕਰ ਦੇਣਾ ਚਾਹੀਦਾ। ਨੇਚਰ ਨੇ ਆਪਣੇ ਆਪ ਹੀ ਜਿਹੜਾ ਦਰਖਤ ਪੈਦਾ ਕਰ ਦੇਣਾ। ਬਿਲਕੁਲ। ਫਿਰ ਇੱਕ ਮੋੜਵਾਂ ਸਵਾਲ ਆ ਵੀ ਜਿਹੜੇ ਲੋਕ ਉਸ ਖਿੱਤੇ ਦੇ ਉਸ ਜੰਗਲ ਤੇ ਜਾਂ ਉਸ ਪਹਾੜ ਤੇ ਡਿਪੈਂਡੈਂਟ ਉਹ ਕਿੱਥੇ ਜਾਣ, ਉਹਦੇ ਲਈ ਵੀ ਉਸ ਚੀਨ ਦੇ ਵਿੱਚ ਪ੍ਰਬੰਧ ਆ। ਉਹ ਉਹਨਾਂ ਲੋਕਾਂ ਨੂੰ ਚਾਰੇ ਦਾ ਪ੍ਰਬੰਧ ਕਰਕੇ ਦਿੰਦੇ ਆ, ਜਾਂ ਉਹਨਾਂ ਦੀਆਂ ਜਿਹੜੀ ਆਮਦਨ ਦੇ ਸਾਧਨ ਸੀਗੇ ਉਹਦੇ ਬੱਟੇ ਉਹ ਕੁਛ ਨਾ ਕੁਛ ਦਿੰਦੇ ਆ। ਜਿਹੜਾ ਉਹਨੇ ਇਹਦੀ ਬੈਲੈਂਸ ਸ਼ੀਟ ਬਣਾਈ ਆ, ਉਹਨੇ ਦੇਖਿਆ ਵੀ ਸਾਨੂੰ ਦੇਣਾ ਤਾਂ ਕੁਛ ਵੀ ਨਹੀਂ ਪਿਆ, ਜਾਣੀ ਦਰਖਤ ਲਾਉਣ ਤੇ ਸਾਡਾ ਜਿੰਨਾ ਖਰਚਾ ਆਉਣਾ ਸੀ ਅਸੀਂ ਉਹ ਤੋਂ ਘੱਟ ਜਿਹੜਾ ਸਾਨੂੰ ਅਵਜਾਨਾ ਦੇਣਾ ਪਿਆ। ਪਰ ਮੋੜਵੇਂ ਰੂਪ ਦੇ ਵਿੱਚ ਉਸ ਜਿਹੜਾ ਉੱਥੇ ਬਨਸਪਤੀ ਜਾਂ ਜੰਗਲ ਪੈਦਾ ਹੋਇਆ ਉਹ ਸਾਨੂੰ ਕੀ ਦਿੱਤਾ, ਉਹ ਸਾਨੂੰ ਪਾਣੀ ਦਿੱਤੀ ਆ, ਉਹ ਸਾਨੂੰ ਜੀਵ ਵਿਭਿੰਨਤਾ ਦਿੱਤੀ ਆ, ਉਹ ਸਾਨੂੰ ਆਮਦਨ ਦਿੱਤੀ, ਉਹ ਸਾਨੂੰ ਇਹ ਸਾਵਾਂ ਮੌਸਮ ਦਿੱਤਾ, ਉਹ ਸਾਨੂੰ ਮੀਂਹ ਦਿੱਤਾ, ਬਹੁਤ ਕੁਛ ਉਹ ਮੇਰੇ ਵਿੱਚ ਮਿਲਿਆ। ਸਾਨੂੰ ਉਸ ਪ੍ਰੈਕਟਿਸ ਵੱਲ ਜਿਹੜਾ ਉਹ ਵਧਣਾ ਪੈਣਾ। ਪਰ ਖੇਤਾਂ 'ਚ ਦਰਖਤ ਭਾਵਾਂ ਨਾ ਲਾਓ, ਤੁਸੀਂ ਸਿਵਿਆਂ ਕਬਰਾਂ 'ਚ, ਸਕੂਲਾਂ 'ਚ, ਰੇਲਵੇ ਟਰੈਕਾਂ 'ਤੇ, ਸੜਕਾਂ 'ਤੇ, ਖਾਲੀ ਪਈਆਂ ਥਾਵਾਂ 'ਤੇ ਪੰਜਾਬ ਵਾਲਿਆਂ ਨੂੰ ਦਰਖਤ ਲਾਉਣਾ ਵੱਲ ਵਧਣਾ ਪੈਣਾ। ਇੱਕ ਨਾਲ ਕਾਨੂੰਨ ਇਹ ਲੈਣਾ ਚਾਹੀਦਾ ਵੀ ਹਰੇਕ ਟਿਊਬਵੈਲ ਦੇ ਉੱਤੇ ਜੇ ਸੰਭਵ ਹੋਵੇ ਤਾਂ, ਨਹੀਂ ਤਾਂ ਹਰੇਕ ਟਿਊਬਵੈਲ ਦੇ ਅਗੇਂਸਟ ਘੱਟੋ ਘੱਟ ਪੰਜਾਬ ਦੇ ਵਿੱਚ 5 ਦਰਖਤ ਲਾਏ ਜਾਣ। 16 ਲੱਖ ਸਾਡੇ ਕੋਲ ਟਿਊਬਵੈਲ ਆ, 14 ਲੱਖ ਬਿਜਲੀ 'ਤੇ ਆ, 2 ਲੱਖ ਸਾਡੇ ਜਿਹੜੇ ਉਹ ਜਨਰੇਟਰਾਂ 'ਤੇ ਜਾਂ ਇੰਜਣਾਂ 'ਤੇ ਆ। 16 ਲੱਖ ਇੰਟੂ 5 ਜਾਣੀ 80 ਲੱਖ ਦਰਖਤ ਅਸੀਂ ਇੱਦਾਂ ਵੀ ਪੰਜਾਬ ਦੇ ਵਿੱਚ ਲਾਇਆ ਜਾ ਸਕਦਾ। ਇਹ ਕਾਨੂੰਨ ਹੋਵੇ ਵੀ ਤੁਹਾਨੂੰ ਉਹ ਦਿਖਾਲਣਾ ਪੈਣਾ ਜੀ, ਉਹ ਵੱਧਦਾ ਫੁੱਲਦਾ ਜਾਣੀ ਤੁਹਾਨੂੰ ਦਿਖਾਲਣਾ ਪੈਣਾ। ਇਹਦੇ ਲਈ ਤੁਸੀਂ ਬਿਜਲੀ ਜਿਹੜੀ ਆ ਵੀ ਤੁਹਾਨੂੰ ਮਾਫ਼ੀ ਨਹੀਂ ਮਿਲੂਗੀ, ਇਹ ਸ਼ਰਤ ਲਾਈ ਜਾ ਸਕਦੀ ਆ। ਹੋਰ ਬਹੁਤ ਸਾਰੇ ਨਿਯਮ ਜਾਣੀ ਸਰਕਾਰਾਂ ਦੇ ਬੜਾ ਹੱਥ ਵੱਸ ਵਾ, ਇਸ ਪਾਸੇ ਵੀ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਹਰੇਕ ਟਿਊਬਵੈਲ ਦੇ ਅਗੇਂਸਟ ਘੱਟੋ ਘੱਟ 5 ਦਰਖਤ ਪਰ ਟ੍ਰੈਡੀਸ਼ਨਲ ਪੰਜਾਬ ਦੇ ਰਵਾਇਤੀ ਜੀ, ਅਸ਼ੋਕਾ ਟ੍ਰੀ ਵਰਗੇ ਜਾਂ ਪਾਮ ਟ੍ਰੀ ਵਰਗੇ ਦਰਖਤ। ਪਾਮ ਦੇ ਤਾਂ ਖੈਰ ਹੁਣ ਪ੍ਰਧਾਨ ਮੰਤਰੀ ਸਾਹਿਬ ਵੀ ਪਾਮ ਦੀ ਖੇਤੀ ਕਰ ਰਿਹਾ, ਵਿਸ਼ਵ ਦਾ ਸਭ ਤੋਂ ਮਾੜਾ ਤੇਲ ਹੈ ਖਾਣ ਵਾਲੇ ਤੇਲਾਂ 'ਚ, ਜਿਹਨੂੰ ਰਾਵਣ ਦਾ ਮੁਲਕ ਸ਼੍ਰੀ ਲੰਕਾ ਵੀ ਨਕਾਰ ਚੁੱਕਿਆ। ਪਰ ਸਾਡੇ ਪਾਮ ਦੀ ਖੇਤੀ 'ਤੇ 11,000 ਕਰੋੜ ਰੁਪਏ ਦਾ ਪ੍ਰੋਜੈਕਟ ਲਈ ਬੈਠੇ ਆ, ਹਾਲਾਂਕਿ ਸਰੋਂ ਜਾਂ ਹੋਰ ਤੋੜੀ ਆ ਤੇਲ ਖਤਮ ਨੇ। ਖੈਰ ਜਿਹੜੇ ਮਸਕਟ ਹੈ, ਇੱਕ ਪਹਾੜੀ ਜੰਗਲੀ ਕਿੱਕਰ ਹੈ, ਉਸ ਮਸਕਟ ਨੇ ਅਜਿਹਾ ਏਰੀਆ ਮੇਰੇ ਖਿਲਾਫ ਬਣਾ ਦਿੱਤਾ, ਪਰ ਉਸ ਮਸਕਟ ਤੋਂ ਪੰਜਾਬ ਪੀੜਿਤ ਵੀ ਹੈ। ਉਹ ਮਸਕਟ ਕੋਈ ਕੰਮ ਦੀ ਲੱਕੜ ਨਹੀਂ, ਵਾਤਾਵਰਨ ਪੱਖੋਂ ਮਸਕਟ ਦਾ ਜਿਹੜਾ ਕਿੱਕਰ ਦੀ ਇੱਕ ਬਰੀਡ ਹੈ, ਸ਼ਾਇਦ ਇਹ ਮਸਕਟ ਦਾ ਕੰਟਰੀ ਵੀ ਹੈ ਇੱਕ, ਇਹ ਸ਼ਾਇਦ ਪੰਜਾਬ ਦਾ ਇਹ ਵੀ ਰਵਾਇਤੀ ਰੁੱਖ ਹੈ। ਮਸਕਟ ਦਾ ਬਹੁਤ ਇਜਾਫਾ ਹੋ ਰਿਹਾ, ਇਹਦੇ ਤੋਂ ਸਿਸਟਮ ਵੀ ਪੀੜਿਤ ਹੈ ਕਿਤੇ ਨਾ ਕਿਤੇ, ਜਿੱਥੇ ਵੀ ਇਹ ਹੋ ਜਾਂਦਾ ਹੈ ਦੂਸਰੇ ਦਰਖਤਾਂ ਨੂੰ ਖਤਮ ਕਰ ਰਿਹਾ ਇਹ ਜੀ। ਨਹੀਂ ਇਹ ਨਹੀਂ, ਇਹ ਸਾਰੇ ਮਾਈਗ੍ਰੇਟ ਹੋ ਕੇ ਜਾਣੀ ਆਏ ਆ ਸਾਡੇ ਬੀਜ ਜਿਹੜੇ ਆ, ਇਹਨਾਂ ਨੂੰ ਤਾਂ ਨਹੀਂ, ਸਾਨੂੰ ਇਹ ਸ਼ੁਰੂ 'ਚ ਹੀ ਇਹਨਾਂ ਨੂੰ ਨੱਥ ਪਾਉਣ ਦੀ ਲੋੜ ਹੈਗੀ ਆ। ਸਾਡੇ ਪੰਜਾਬ ਕੰਢੀ ਇਲਾਕੇ ਦੇ ਵਿੱਚ ਜਿੱਦਾਂ ਗਾਜਰ ਬੂਟੀ ਆ ਗਈ ਇੱਕ ਨਦੀਨ ਦੇ ਤੌਰ 'ਤੇ, ਥੋੜ੍ਹੇ
ਵਾਲਾ ਦਰਖਤ ਆ ਗਿਆ ਜਿਹੜੀ ਕੋਈ ਵੈਲਿਊ ਨਹੀਂ, ਉਹ ਪਤਾ ਨੀ ਕਿੱਧਰੋਂ ਘੁੰਮਦਾ ਘੁੰਮਾਉਂਦਾ ਉਹਦਾ ਬੀਜ ਇੱਧਰ ਆ ਗਿਆ। ਸਾਨੂੰ ਇਸ ਗੱਲ ਵੱਲ ਵੀ ਜਾਣੀ ਜਿਹੜਾ ਧਿਆਨ ਦੇਣਾ ਪੈਣਾ ਆ ਜੀ। ਫਿਰ ਉਹੀ ਮੁੜਵੀਂ ਗੱਲ ਉਹੀ ਆ ਵੀ ਕਿਸੇ ਵੀ ਖਿੱਤੇ ਨੂੰ ਉਹੀ ਦਰਖਤ ਫਿੱਟ ਆ ਸਕਦਾ ਜਿਹੜਾ ਉਹਦੀ ਤਸੀਰ ਤੇ ਆਬੋ ਹਵਾ ਦੇ ਮੁਤਾਬਕ ਕੁਦਰਤ ਨੇ ਪੈਦਾ ਕੀਤਾ। ਉਹੀ ਦਰਖਤ ਜਿਹੜਾ ਆ ਉਹ ਸਾਡੇ ਫਿੱਟ ਆ ਸਕਦਾ। ਹਾਂ, ਅਸੀਂ ਜੇ ਐਗਰੋ ਫੋਰੈਸਟਰੀ ਕਰਨੀ ਆ, ਖੇਤੀ ਕਰਨੀ ਆ ਤਾਂ ਠੀਕ ਆ। ਜੇ ਤੁਹਾਡੇ ਕੋਈ ਸੇਮ ਦਾ ਇਲਾਕਾ ਹੈਗਾ ਆ, ਜੇ ਤੁਹਾਡੇ ਕੋਈ ਵਗਦਾ ਪਾਣੀ ਜਿਹੜਾ ਮਾੜਾ ਪਾਣੀ ਆ, ਟੋਈਆਂ 'ਚ ਵਗਦਾ ਪਾਣੀ ਆ, ਉਹਦੀ ਵਰਤੋਂ ਨਾਲ ਤੁਸੀਂ ਕਮਰਸ਼ੀਅਲ ਦਰਖਤ ਲਾ ਸਕਦੇ ਆ, ਜਿਹਨਾਂ 'ਚੋਂ ਪੰਜਾਬ ਦੇ ਵਿੱਚ ਸਫੈਦਾ ਪ੍ਰਧਾਨ ਹੈਗਾ, ਪਰ ਉਹਦੇ ਮੁਕਾਬਲੇ ਅਮਰੀਕਨ ਡੇਕ ਹੈਗੀ ਆ ਜਾਂ ਹੋਰ ਵੀ ਬਹੁਤ ਸਾਰੇ ਦਰਖਤ ਜਿਹੜੇ ਆ ਉਹ ਲਾਏ ਜਾ ਸਕਦੇ ਆ। ਪਰ ਹਰੇਕ ਬੰਦਾ ਕੋਸ਼ਿਸ਼ ਕਰੇ ਕਿ ਆਪਣੇ ਜੀਵਨ ਦੇ ਵਿੱਚ ਉਹ 16 ਦਰਖਤ ਜਿਹੜੇ ਆ ਭਰਪੂਰ ਰੂਪ ਦੇ ਵਿੱਚ ਆਪਣੇ ਵਾਰਸਾਂ ਦੇ ਲਈ ਛੱਡ ਕੇ ਜਾਵੇ। ਬਿਲਕੁਲ ਇਸ ਪਾਸੇ ਬਿਲਕੁਲ ਗੱਲ ਇਹ ਹੈ ਨਾ ਕਿ 16 ਦਾ ਅੰਕੜਾ ਮੈਨੂੰ ਬਹੁਤ ਪਿਆਰਾ ਸੀਗਾ ਬਚਪਨ ਤੋਂ ਹੀ। ਮੈਂ ਸਾਈਕਲ ਰੱਖਿਆ ਹੋਇਆ ਸੀ ਵਿਜੇ ਬਮੇਲੀ ਸਾਹਿਬ, ਉਹਦੇ ਸਾਈਕਲ ਦੀ ਚੇਨ 'ਤੇ ਵੀ ਮੈਂ ਨਾ 16-16 ਲਿਖਿਆ ਸੀ, ਜਿਵੇਂ ਪਿੰਡਾਂ ਨਾਲ ਬਾਬਾ ਸਾਂ ਭਾਵੇਂ ਮਾਸਟਰ ਦਾ ਮੁੰਡਾ, ਪਰ ਫਿਰ ਵੀ ਮੈਨੂੰ 16 ਦਾ ਅੰਕੜਾ ਬਹੁਤ ਪਿਆਰਾ। ਮੈਂ ਕਹਿੰਦਾ ਸੀ ਪੜ੍ਹਨਾ ਵੀ 16 ਹੀ ਆ, ਜਾਣੀ ਕਿ MA। ਸੋ ਇਸ ਦੌਰਾਨ ਜਿਵੇਂ ਤੁਸੀਂ ਜ਼ਿਕਰ ਕੀਤਾ, ਦੱਸਦੇ ਆ ਕਿ ਵੱਡਾ ਦਰਖਤ ਸਾਲ ਦੇ ਵਿੱਚ 2 ਲੱਖ ਦੀ ਆਕਸੀਜਨ ਦੇ ਦਿੰਦਾ ਆਪਾਂ ਨੂੰ, ਅਤੇ ਇਸ ਕਰਕੇ ਉਹ ਦਰਖਤਾਂ ਦੀ ਜਿਹੜੀ ਠੰਡੀਰ ਹੈ, ਅੰਬ ਦੇ ਦਰਖਤ ਦੀ, ਨਿੰਮ ਦੇ ਦੀ, ਪਿੱਪਲ ਦੇ ਦੀ, ਸੁੱਖ ਚੈਨ ਦੀ, ਉਹ ਆਪਣਾ ਆਪਣਾ ਉਹਦਾ ਸਵਾਦ ਹੈ, ਆਪਣੇ ਆਪਣੇ ਉਹਦੇ ਬੈਨੀਫਿਟ ਨੇ। ਸੋ ਇਸ ਖਿੱਤੇ ਦੇ ਰਵਾਇਤੀ ਰੁੱਖ ਆਪਣਿਆਂ ਦੀ ਯਾਦ 'ਚ ਲਾਏ ਜਾਣ, ਜਿਵੇਂ ਸ਼ਿਵ ਕਹਿੰਦਾ ਕੁਝ ਰੁੱਖ ਮੇਰੇ ਦਾਦੀ ਵਾਕਣ, ਕੁਛ ਮੇਰੀ ਮਹਿਬੂਬਾ ਵਾਕਣ। ਸੋ ਉਹਨਾਂ ਰੁੱਖਾਂ ਨੂੰ ਪਿਆਰ ਕਰੀਏ, ਰੁੱਖ ਅਤੇ ਮਨੁੱਖ ਦਾ ਰਾਬਤਾ ਹੈ। ਸੋ ਉਸ ਪਾਸੇ ਆਈਏ, ਰੁੱਖ ਕਮਾਈ ਦਾ ਜ਼ਰੀਆ ਵੀ ਨੇ। ਸੋ ਇਸ ਕਰਕੇ ਮੈਂ ਇਹ ਫਿਰ ਵਾਰ ਵਾਰ ਜ਼ਿਕਰ ਕਰਦਾ, ਸਾਡੇ ਫਾਦਰ ਸਾਹਿਬ ਮੈਨੂੰ ਯਾਦ ਹੈ UP ਤੋਂ ਨਾ ਬਮੇਲੀ ਸਾਹਿਬ, ਸਾਡੇ ਉੱਥੇ ਖੇਤ ਦੇ ਨੇੜੇ ਨਰਸਰੀ ਸੀ, ਜੜ੍ਹਾਂ ਦੀ ਬੋਰੀ ਭਰ ਕੇ ਲਿਆਏ ਟ੍ਰੇਨ 'ਚ, ਬਹੁਤ ਔਖਾ, ਅਤੇ ਉਹ ਸਾਗਵਾਨ ਦੀਆਂ ਜੜ੍ਹਾਂ ਸੀ, ਉਹ ਅਸੀਂ ਲਾਈਆਂ। ਉਹ ਸਾਗਵਾਨ ਵੱਡੇ ਹੋਏ ਪਿੰਡ, ਉਹਨਾਂ ਸਾਗਵਾਨਾਂ ਨੂੰ ਵੱਢ ਕੇ ਸ਼ਹਿਰ 'ਚ ਜਿਹੜਾ ਮਕਾਨ ਬਣਾਇਆ ਜਿੱਥੋਂ ਮੈਂ ਬੋਲ ਰਿਹਾ, ਇਹਦੀ ਸਾਰੀ ਟੋਟਲ ਲੱਕੜ ਫਰੀ ਦੀ ਹੈ, ਇੱਕ ਧੇਲਾ ਨਹੀਂ ਲੱਗਿਆ ਫਰਨੀਚਰ 'ਤੇ, ਇੱਕ ਧੇਲਾ ਨਹੀਂ ਲੱਗਿਆ। ਇਸ ਤੋਂ ਬਿਨਾਂ ਵੀ ਸਾਗਵਾਨ ਸਾਡੇ ਐਂ ਰੁਲਦਾ ਸੀ ਜਿਵੇਂ ਕੋਈ ਫਾਲਤੂ ਬੇਕਾਰ ਚੀਜ਼ ਹੈ, ਕੁਛ ਨਹੀਂ ਕੀਤਾ। ਇੱਕ ਉਹਨਾਂ ਦੀ ਮਿਹਨਤ ਸੀ, ਮਾਸਟਰ ਸੀ, ਉਹਨਾਂ ਨੇ ਸਾਗਵਾਨ ਦੀ ਵੈਲਿਊ ਵੇਖੀ। ਉਸ ਦੌਰਾਨ ਉਹ ਉੱਥੋਂ ਬੋਰੀ ਭਰ ਕੇ ਲਿਆਏ, ਅਤੇ ਉਹ ਮਕਾਨ ਦਾ ਚੌਥਾ ਹਿੱਸਾ ਜਿਹੜਾ ਨਾ ਉਹ ਲੱਕੜ ਹੁੰਦੀ ਹੈ, ਉਹ ਜਿਹੜਾ ਸਾਨੂੰ ਮੁਫਤ ਇੱਕ ਮਿਹਨਤ ਹੈ, ਉਹਨੇ ਵਾਤਾਵਰਨ ਆਲੇ ਦੁਆਲੇ ਨੂੰ ਕੀ ਦਿੱਤਾ, ਹਵਾ ਕਿੰਨੀ ਸ਼ੁੱਧ ਕੀਤੀ, ਛਾਂ ਕਿੰਨੀ ਦਿੱਤੀ, ਪੰਛੀਆਂ ਨੂੰ ਠਾਰ ਕਿੰਨੀ ਦਿੱਤੀ, ਉਹ ਤਾਂ ਵੱਖਰੀ ਹੈ, ਪਰ ਮਕਾਨ ਦੀ ਕੋਸਟ ਦਾ ਚੌਥਾ ਹਿੱਸਾ ਉਸ ਬੋਰੀ ਨੇ ਸਾਨੂੰ ਤਾਰ ਦਿੱਤਾ। ਸੋ ਇਸ ਕਰਕੇ ਲੱਕੜ ਜਿਹੜੀ ਹੈ ਨਾ, ਉਹ ਦੇਖੋ ਤੁਸੀਂ ਬਿਸ਼ਨੋਈ ਭਾਈਚਾਰਾ, ਹਿੰਦੂ ਨੇ, ਹਿੰਦੂ ਹੋ ਕੇ ਵੀ ਉਹ ਸਰੀਰ ਦਾ ਸੰਸਕਾਰ ਨਹੀਂ ਕਰਦੇ, ਉਹ ਉਹਨਾਂ ਦਰਖਤਾਂ ਲਈ ਮਰ ਜਾਂਦੇ ਨੇ। ਇੱਕ ਰਾਜੇ ਨੇ ਜ਼ੁਲਮ ਕੀਤਾ ਸੀ ਕਿ ਖੇਜੜੀ ਦੇ ਦਰਖਤ ਵੱਢਣੇ, ਰਾਜਸਥਾਨ ਦੇ ਹਿੰਦੂ ਰਾਜੇ ਨੇ, 250-300 ਬਿਸ਼ਨੋਈਆਂ ਨੇ ਕੁਰਬਾਨੀ ਦੇ ਤੀ, ਦਰਖਤਾਂ ਨੂੰ ਲਿਪਟ ਗਏ, ਜਿਵੇਂ ਚਿਪਕੋ ਅੰਦੋਲਨ ਸੁੰਦਰ ਬਹੁਗੁਣਾ ਦਾ ਚੱਲਿਆ ਸੀ। ਸੁੰਦਰ ਬਹੁਗੁਣਾ ਪਹਾੜੀ ਹੋ ਕੇ ਚੌਲ ਨਹੀਂ ਖਾਂਦਾ ਸੀ, ਉਹ ਕਹਿੰਦਾ ਸੀ ਕਿ 1 ਕਿਲੋ ਚੌਲ 5500 ਲੀਟਰ ਪਾਣੀ ਜਾਇਆ ਕਰਦੇ ਨੇ। ਹਾਲਾਂਕਿ ਕਿਹਾ ਜਾਂਦਾ ਕਿ ਪਹਾੜੀ ਯਾਰ ਕਿਸਕੇ ਦਾਲ ਭਾਤ ਕਾ ਖਿਸਕੇ, ਪਰ ਬਹੁਗੁਣਾ ਸਾਹਿਬ ਚੌਲਾਂ ਦਾ ਤਿਆਗ ਕਰ ਗਏ ਸੀ ਕਿ ਚੌਲ ਪੈਦਾ ਕਰਨ ਲਈ ਇੰਨਾ ਪਾਣੀ ਜਾਇਆ ਕਰਨਾ ਪੈਂਦਾ। ਸੋ ਇਸ ਕਰਕੇ ਚੌਲਾਂ ਦੀ ਜਗ੍ਹਾ ਭਾਵੇਂ ਕੋਧਰਾ ਆ, ਭਾਵੇਂ ਹੋਰ ਮਿਲਟਸ ਨੇ, ਅਸੀਂ ਉਸ ਪਾਸੇ ਆਈਏ। ਜੇ ਨਹੀਂ ਆਉਣਾ ਤਾਂ ਜਿਵੇਂ ਤੁਸੀਂ ਇਹ ਮੰਤਰ ਦਿੱਤਾ ਨਾ, 16 ਦਰਖਤ ਜ਼ਰੂਰ ਲਾਉਣੇ ਅਤੇ ਪਾਲਣੇ ਚਾਹੀਦੇ ਆ। ਇਹ ਮੇਰੇ ਖਿਆਲ ਨਿਚੋੜ ਹੈ ਅੱਜ ਦੀ ਗੱਲਬਾਤ ਹੈ। ਬੰਬੇਲੀ ਸਾਹਿਬ ਬੜੀ ਰੂਹ ਖੁਸ਼ ਹੋ ਗਈ ਇਹ ਤੁਹਾਡਾ ਨੁਕਤਾ ਸੁਣ ਕੇ ਜੀ। ਸੋ ਮੈਂ ਸਰੋਤਿਆਂ ਨੂੰ ਇੱਕ ਗੱਲ ਕਲੀਅਰ ਕਰਦਿਆਂ ਵੀ 16 ਦਰਖਤ ਜਿਹੜੇ ਇੱਕ ਅੰਕੜਾ ਆ, ਫਿਰ ਮਨੁੱਖ ਨੂੰ ਆਪਣੀ ਜਿਹੜੀ ਐਵਰੇਜ ਉਮਰ 60-70 ਸਾਲ ਜਿਹੜੀ ਐਵਰੇਜ ਉਮਰ ਮੰਨ ਲਈਓ ਆ, ਉਹ ਉਸ ਉਮਰ ਦੇ ਦੌਰਾਨ ਜਿੰਨੇ ਕਿਊਬਿਕ ਮੀਟਰ ਆਕਸੀਜਨ ਦੀ ਸਾਨੂੰ ਲੋੜ ਪੈਂਦੀ ਆ, ਉਹ 16 ਦਰਖਤਾਂ ਵੱਲੋਂ ਪੈਦਾ ਕੀਤੀ ਹੋਈ ਆਕਸੀਜਨ ਦੇ ਬਰਾਬਰ। ਇਸ ਕਰਕੇ ਇਹ 16 ਦਾ ਜਿਹੜਾ ਉਹ ਅੰਕੜਾ ਸਾਹਮਣੇ ਆਇਆ। ਮੈਂ ਇਹਦੇ 'ਤੇ ਪਿੱਛੇ ਜਿਹੇ ਕੁਛ ਮਹੀਨੇ ਪਹਿਲਾਂ ਇੱਕ ਵੇਰਵੇ ਸਹਿਤ ਆਰਟੀਕਲ ਵੀ ਲਿਖਿਆ ਸੀ। ਦੂਜਾ, ਤੁਸੀਂ ਵਾਤਾਵਰਨ ਜਿਹੜੀ ਚਿੰਤਕਾਂ ਦੀ ਗੱਲ ਕੀਤੀ ਆ, ਬਿਸ਼ਨੋਈਆਂ ਦੀ ਗੱਲ ਕੀਤੀ ਜਾ ਸਕਦੀ ਆ, ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਦੀ ਗੱਲ ਕੀਤੀ ਜਾ ਸਕਦੀ ਆ, ਬਹੁਤ ਤੁਸੀਂ ਕਰੇ ਦਿੱਤੇ। ਹੁਣ ਇਸ ਵੇਲੇ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਜਿਹੜੇ ਸੰਤ ਹੈਗੇ ਆ, ਉਹ ਦਰਖਤਾਂ ਬਾਰੇ ਕਾਫੀ ਜਿਹੜਾ ਆ ਉਹ ਉੱਦਮ ਕਰ ਰਹੇ ਆ।
ਤੇ ਸਾਡੇ ਤਾਂ ਕੀ ਆ ਵੀ ਵੱਡੇ ਵੱਡੇ ਜਿਹੜੇ ਧਾਰਮਿਕ ਸਥਾਨ ਬਣਾ ਦਿੱਤੇ ਜਾਂਦੇ ਆ, ਉਹਨਾਂ ਦਰਖਤਾਂ ਦੀ ਬਲੀ ਲੈ ਕੇ ਜਿਹਨਾਂ ਦਰਖਤਾਂ ਦੇ ਪੱਖ ਦੇ ਵਿੱਚ, ਜਿਹਨਾਂ ਦਰਖਤਾਂ ਦੇ ਨਾਂ ਤੇ ਸਾਡੇ ਧਾਰਮਿਕ ਸਥਾਨ ਬਣੇ ਹੋ ਆ, ਜਿਹਨਾਂ ਦਰਖਤਾਂ ਦੇ ਹੱਕ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਬੋਲਦੇ ਰਹੇ ਆ, ਉਹਨਾਂ ਦਰਖਤਾਂ ਦੀ ਬਲੀ ਲੈ ਕੇ ਉਹਨਾਂ ਗੁਰੂਆਂ ਦੀ ਯਾਦ ਦੇ ਵਿੱਚ ਬੜੇ ਢਲਵੈਲ ਜਿਹੜਾ ਉਹ ਧਾਰਮਿਕ ਸਥਾਨ ਸਾਥ ਦਿੱਤਾ ਜਾਂਦਾ ਹੈ। ਸਾਡੇ ਤਾਂ ਬਹੁਤ ਕਿਸਮ ਦੀਆਂ ਜਿਹੜੀਆਂ ਗੜਬੜਾਂ ਪਈਆਂ ਹੈਗੀ। ਮੈਨੂੰ ਯਾਦ ਹੈ ਗੱਲ ਲੰਬੀ ਹੁੰਦੀ ਜਾਂਦੀ, ਬੜਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਲੁਤਫ ਆਉਂਦਾ। ਮੈਂ ਨਿਊਜ਼ੀਲੈਂਡ ਗਿਆ, ਉੱਥੇ ਨਿਰਮਲਜੀਤ ਸਿੰਘ ਮੇਰੇ ਨਾਲ, ਅਸੀਂ ਗੁਰੂ ਘਰ ਗਏ ਅਤੇ ਉਸ ਗੁਰੂ ਘਰ ਦੇ ਵਿੱਚ ਮੈਂ ਵੇਖਿਆ ਕਿ ਯਾਰ ਬਹੁਤ ਟੇਢਾ ਜਿਹਾ ਬਣਾਇਆ ਪਿਆ। ਕਾਰਨ ਸੀ ਕਿ ਉਹਦੇ ਅੱਗੇ ਇੱਕ ਦਰਖਤ ਸੀ। ਮੈਂ ਪੁੱਛਿਆ ਵੀ ਇਹ ਮਤਲਬ, ਕਹਿੰਦੇ ਜੀ ਇਹ ਦਰਖਤ ਨਹੀਂ ਪੱਟਿਆ ਪਰ ਗੁਰੂ ਘਰ ਟੇਢਾ ਬਣਾ ਲਿਆ। ਇੱਥੇ ਤਾਂ ਮਤਲਬ ਦਰਖਤ ਕੀ ਚਾਹੇ ਬੰਦੇ ਕਿਉਂ ਨਾ ਵੱਢਣੇ ਪੈ ਜਾਣ। ਸੋ ਆਹ ਸੜਕਾਂ ਬਣੀਆਂ ਨੇ, ਬਠਿੰਡਾ ਚੰਡੀਗੜ੍ਹ ਰੋਡ ਹੈ, ਜਿੰਨੇ ਵਣਾਂ ਦੇ ਦਰਖਤ ਸੀਗੇ, ਜਿੰਨੇ ਹੋਰ ਰਵਾਇਤੀ ਦਰਖਤ ਸੀ, ਸਭ ਖਤਮ। ਹਾਲਾਂਕਿ ਜਿਹੜੇ ਵੱਡੇ ਅਮੀਰ ਲੋਕ ਨੇ, ਕੈਪਟਨ ਅਮਰਿੰਦਰ ਸਿੰਘ ਦੇ ਭਰਾ ਤਾਂ ਮਾਲਵਿੰਦਰ ਨੇ, ਇੱਥੇ ਪਟਿਆਲੇ ਸਾਡੇ ਜਿਹੜਾ ਲੀਲਾ ਭਵਨ ਸੀ ਜਿੱਥੇ ਬੜੀਆਂ ਲੀਲਾਵਾਂ ਹੁੰਦੀਆਂ ਸੀ, ਉੱਥੋਂ ਵੱਡੇ ਵੱਡੇ ਰਵਾਇਤੀ ਦਰਖਤ ਪੱਟ ਕੇ ਉਹ ਆਪਣੇ ਨਵੇਂ ਫਾਰਮ ਹਾਊਸ 'ਚ ਲੈ ਗਿਆ, ਨਵੇਂ ਮਹਿਲ 'ਚ ਲੈ ਗਿਆ। ਪਰ ਵੱਡੇ ਲੋਕ ਜੁਗਾੜ ਕਰ ਲੈਂਦੇ ਨੇ, ਪਰ ਜੇ ਤੁਸੀਂ ਵੱਡਾ ਦਰਖਤ ਪੱਟਣਾ ਉਹਦੀ ਬਜਾਏ ਕੋਈ ਛੋਟਾ ਦਰਖਤ ਜ਼ਰੂਰ ਲਾਓ। ਸੋ ਵਿਜੇ ਬੰਬੇਲੀ ਸਾਹਿਬ, ਬਹੁਤ ਕੰਮ ਦੀਆਂ ਗੱਲਾਂ ਕੀਤੀਆਂ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਖਾਸ ਕਰਕੇ ਜਿਹੜਾ ਸੁਨੇਹਾ ਗੁਜ਼ਾਰਿਸ਼ ਭਰਿਆ ਕਿ 16 ਬੂਟੇ ਘੱਟੋ ਘੱਟ ਜ਼ਰੂਰ ਲਾਓ, ਅਤੇ ਯਾਦ ਕਰਦਾ ਕਿ ਆਹ ਇਸ ਮੌਕੇ ਮੈਂ ਆਹ ਦਰਖਤ ਲਾਇਆ ਸੀ। ਸੋ ਇਹ ਯਾਦ ਬਣ ਜਾਂਦੀ ਹੈ। ਸੋ ਇਹ ਇੱਕ ਜਿੰਦਾ ਮਿਸਾਲ ਹੈ ਸਾਡੇ ਪੁਰਖਿਆਂ ਦੀ, ਦਾਦਾ ਲਾਉਂਦਾ ਪੋਤਾ ਖਾਂਦਾ। ਅੱਜ ਕੱਲ੍ਹ ਤਾਂ ਇਹ ਹੈ ਕਿ ਕਈ ਦਰਖਤ ਨੇ, ਖੁਦ ਲਾਓ, ਖੁਦ ਹੀ ਤੁਸੀਂ ਖਾਓਗੇ। ਅੰਜੀਰ ਲਾਓ, 6 ਮਹੀਨੇ ਬਾਅਦ ਤੁਹਾਨੂੰ 1500 ਰੁਪਏ ਕਿਲੋ ਦਾ ਫਲ ਦੇਣਾ ਸ਼ੁਰੂ ਕਰ ਦਿੰਦੀ ਹੈ। ਸੋ ਬਹੁਤ ਵਧੀਆ ਲੱਗਿਆ ਸਰ, ਸਮਾਂ ਦਿੱਤਾ ਆਪ ਜੀ ਨੇ, ਅਤੇ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ tiwanareadio.com 'ਤੇ ਤੁਸੀਂ ਲਾਈਵ ਸੁਣਦੇ ਹੋ। ਰੇਡੀਓ ਪ੍ਰੋਗਰਾਮ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ, ਅਤੇ ਸ਼ਾਮੀ 7:30 ਵਜੇ ਤੋਂ ਲੈ ਕੇ 9:30 ਵਜੇ ਤੱਕ ਲਾਈਵ ਹੁੰਦਾ। ਅਤੇ ਆਪਣੀ ਵੈਬਸਾਈਟ tiwanareadio.com 'ਤੇ ਆਈਫੋਨ ਅਤੇ ਐਂਡਰਾਇਡ ਐਪਸ ਨੇ ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਅਤੇ ਯੂਟਿਊਬ ਪੇਜ ਦਾ ਲਿੰਕ ਮਿਲੇਗਾ, ਉਹ ਲਿੰਕ ਤੁਸੀਂ ਆਪਣੇ ਵਟਸਐਪ ਨੰਬਰ 'ਤੇ ਮੰਗਵਾ ਸਕਦੇ ਹੋ। ਇਹ ਵਟਸਐਪ ਗਰੁੱਪ ਉਸੇ ਨੰਬਰ 'ਤੇ ਬਣਿਆ ਜਿੱਥੇ ਤੁਸੀਂ ਪ੍ਰੋਗਰਾਮ ਦੇ ਵਿੱਚ ਲਾਈਵ ਕਾਲ ਕਰਦੇ ਹੋ। ਸਟੂਡੀਓ ਦਾ ਨੰਬਰ ਪਟਿਆਲੇ ਦਾ 9876300955, 9876309655। ਸੋ ਵਿਜੇ ਬੰਬੇਲੀ ਸਾਹਿਬ, ਇਹ ਦੁਆ ਹੈ ਕਿ ਕੁਦਰਤ ਤੁਹਾਨੂੰ ਤਾਕਤ ਬਖਸ਼ੇ, ਇਸੇ ਤਰ੍ਹਾਂ ਤੁਸੀਂ ਆਪਣੀ ਧਰਤੀ ਮਾਂ ਦਾ ਕਾਰਜ ਉਤਾਰਦੇ ਰਹੋ, ਇਸ ਤਰ੍ਹਾਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਜਾਣਕਾਰੀਆਂ ਲਿਖਦੇ ਰਹੋ ਅਤੇ ਇਹਨਾਂ ਨੂੰ ਆਵਾਮ ਤੱਕ ਪਹੁੰਚਾਉਂਦੇ ਰਹੋ। ਸੋ ਇਸ ਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਵਿਜੇ ਬੰਬੇਲੀ ਸਾਹਿਬ ਆਪ ਜੀ ਦਾ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਵੀ ਤੇ ਇੰਟਰਵਿਊ ਕਰਨ ਵਾਲਿਆਂ ਨੂੰ। ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਵੀ ਇੱਥੇ ਦਿਵਾ ਗਿਆ ਧੰਨਵਾਦ, ਸਤਿ ਸ਼੍ਰੀ ਅਕਾਲ।